ਮੇਰਾ ਕਰਮ ਕੁਟਲਤਾ ਜਨਮ ਕੁਪਾਤੀ ਰਾਮ ਗਸਈਆ ਜੀ ਕੇ ਜੀਵਨਾ ਮੋਹੇ ਨੰਬਟਾਰੋ ਮੈਂ ਜਨ ਤੇਰਾ ਮੇਰੀ ਹਰੋ ਵਿਪਤ ਜਨ ਕਰੋ ਸੁਬਾਈ ਚਰਨ ਛਾਡੋ ਸ੍ਰੀ ਕਲ ਜਾਈ ਕਹਿ ਰਵਦਾਸ ਪਰੋ ਤੇਰੀ ਸਾਂਬਾ ਬੇਗ ਮਿਲੋ ਜਨ ਕਰਨ ਬੁਲਾਂਬਾ ਕੋਈ ਵੇਖ ਮੈਂ
जगदम्बा करके कोई देखना शबन जगदम्बा शिवम नगदम मेवा शिवम नगदम मेवा शिवम शिवम नगदम मेवा शिवम नगदम मेवा लगदमेवा करके कुछ एक लगदमेवा करके कुछ विच दुनिया सेवक माई है तंदर के बैसन पाई है परम सत्कार योग जुग जुग अटल तन तन साहब श्री गुरु ग्रंथ साहिब महाराज जी दी पावन पवित्र हजूरी च बैठी गुरु रूप गुरु सवारी सत्संग जीओ अपने समय ते स्वासा नूं सवलियां करन वास्ते माई और भाई सारे ही प्रेमी जन दूरों नेड़ियों आपो अपनी दुनियावी तंदे तंदारां तो छुटकारा पा करके जुगो जुग अटल तन तन साहब श्री गुरु ग्रंथ साहिब महाराज जी दी पावन पवित्र हजूरी विच पुज के अपनी जिंदगी दियाँ अपने जीवन दियाँ जिथे अमोलक घड़ियां नूं तन तन साहब श्री गुरु ग्रंथ साहिब महाराज जी दे पावन पवित्र चरणा कमलों में लगा के सफलियां करन दी खेचला जानी कृपालता कर रहे हो उत्ते तख्तां ताजां दे मालक फौजां दे जरनैल मीरी पीरी दे मालक धन धन साहब सतगुरु श्री गुरु हरगोबिंद साहिब महाराज जी दे पावन पवित्र प्रकाश दे समना रहे गुरु की संगत सेवा दे विच बड़ियां बड़ियां बरकतां हन बड़ियां बड़ियां शक्तियां हन सेवा मझां गऊआं दी करके देख लो गुरु की संगत पशु हन हक नहीं रखते मझां गऊआं नूं समय सिर पट्ठे पाते जाण चारा पाता जाए चंगे खड़ा वड़ेवें वगैरह पाते जाण पानी पिलाता जाए नला तलाता जाए मझां गऊआं दा दुध वध जांदा सस हक नहीं रखते पशु हक नहीं रखते फलदार बूटियां दी सेवा करके देख लो जिन्नी फलदार बूटियां दी सेवा करोगे उन्ने वड्डे फल लग्या करदे हन इस तरह मिट्टी है की है जमीन है मिट्टी है मिट्टी की सेवा करके देख लो जमींदार फसल बीजदा चंगी तरह जमीन नूं मिट्टी नूं वाह के बना के फसल बीज दिती जाए गुरु किसन फसल का झाड़ वध जांदा जे मिट्टी की कीती सेवा बिरती नहीं जांदी जेकर गुरु किसन पशुआं मझां गऊआं की सेवा कीती बिरती नहीं जांदी जेकर गुरु किसन फलदार बूटियां दी कीती सेवा बिरती नहीं जाती भला गुरु घर की सेवा किमें बिरती चली जाएगी हजूर प्रमोद ने सतगुरु की सेवा सफल है जे कोई करै चित लाए मन चंदिया फल पावना होमे विचों जाए गुरु घर की सेवा होमे नूं गवा के निष्काम होकर गुरु घर की सेवा करनी गुर के ग्रह सेवक जो रह गुर की आज्ञा मन में सह सेवा करत हुए ने कामी
ਤਿਸਕੋ ਹੋਤ ਪ੍ਰਾਪਤ ਸਵਾਮੀ ਗੁਰੂ ਕਿਸ਼ਨ ਜਿਹੜੀ ਨਿਸ਼ਕਾਮ ਹੋ ਕੇ ਕੀਤੀ ਸੇਵਾ, ਉਹਦੇ ਫਲ ਵੱਡੇ ਵੱਡੇ ਹੋਇਆ ਕਰਦੇ ਹਨ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੀ ਸੇਵਾ ਕਰਕੇ ਗੁਰਤਾ ਗੁਰਗੱਦੀ ਪ੍ਰਾਪਤ ਕੀਤੀ। ਹਾਲਾਂਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਦੋ ਵੱਡੇ ਭਰਾ ਵੀ ਹੋਰ ਵੀ ਸਨ। ਸਭ ਤੋਂ ਵੱਡਾ ਪ੍ਰਿਥੀ ਚੰਦ ਸੀ, ਉਸ ਤੋਂ ਛੋਟੇ ਮਹਾਂਦੇਵ ਸਨ, ਉਸ ਤੋਂ ਛੋਟੇ ਗੁਰੂ ਕੀ ਸੰਗਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਨ। ਗੁਰੂ ਕੀ ਸੰਗਤ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੀ ਸੇਵਾ ਕਰਕੇ ਆਪ ਜੀ ਨੇ ਗੁਰਤਾ ਗੁਰਗੱਦੀ ਪ੍ਰਾਪਤ ਕੀਤੀ। ਸਾਧ ਸਤਿਗੁਰ ਕੀ ਸੇਵਾ ਸਫਲ ਹੈ ਦੱਸਣਾ ਵੀ ਕੀਤਾ, ਗੁਰ ਕੇ ਗ੍ਰਹਿ ਸੇਵਕ ਜੋ ਰਹਿ ਆਗਿਆ, ਗੁਰ ਕੀ ਆਗਿਆ ਮਨ ਮੈਂ ਸਹਿ। ਗੁਰੂ ਦੀ ਸੇਵਾ, ਗੁਰੂ ਦਾ ਬਚਨ ਪੁੱਛਿਆ ਸੀ ਨਾ ਭਗਤ ਕਬੀਰ ਜੀ ਦੇ ਚਰਨਾਂ ਵਿੱਚ ਕਿਸੇ ਮੌਕੇ, ਆਪ ਜੀ ਦੇ ਸ਼ਰਧਾਲੂਆਂ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਬਾਬਾ ਜੀ। ਹਾਲਾਂਕਿ ਗੁਰੂ ਘਰ ਦੇ ਵਿੱਚ 700 ਕਿਸਮ ਦੀ ਸੇਵਾ ਹੈ, ਉਸ ਮੌਕੇ ਸਾਧ ਸੰਗਤ ਜੀ ਗੁਰੂ ਘਰ ਜਾ ਕੇ ਝਾੜੂ ਦੇਣਾ ਵੀ ਸੇਵਾ, ਗੁਰੂ ਘਰ ਜਾ ਕੇ ਪੱਖਾ ਝਲਣਾ ਵੀ ਸੇਵਾ, ਗੁਰੂ ਘਰ ਦੇ ਵਿੱਚ ਗੁਰੂ ਘਰ ਦੇ ਲੰਗਰਾਂ ਵਿੱਚ ਸੇਵਾ ਕਰਨੀ, ਜੂਠੇ ਬਰਤਨ ਮਾਂਜਣੀ ਵੀ ਸੇਵਾ, ਲੰਗਰ ਵਰਤਾਉਣਾ ਇਹ ਵੀ ਸੇਵਾ, ਜਲ ਪਾਣੀ ਦੀ ਸੇਵਾ ਕਰਨੀ ਇਹ ਵੀ ਸੇਵਾ। ਮੁੱਕਦੀ ਗੱਲ ਕਿ 100 ਕਿਸਮ ਦੀ ਸੇਵਾ ਗੁਰੂ ਘਰ ਦੇ ਵਿੱਚ, ਪਰ ਭਗਤ ਕਬੀਰ ਜੀ ਦੇ ਚਰਨਾਂ ਵਿੱਚ ਕਿਸੇ ਮੌਕੇ ਆ ਜੀ ਦੇ ਸ਼ਰਧਾਲੂ ਨੂੰ ਬੇਨਤੀ ਕਰਦੇ ਪੁੱਛਿਆ ਸੀ, ਬਾਬਾ ਜੀ ਕਿਰਪਾ ਕਰਕੇ ਦੱਸਣਾ ਕਰੋ ਕਿ ਸਭ ਤੋਂ ਵੱਡੀ ਗੁਰੂ ਦੀ ਸੇਵਾ ਕਿਹੜੀ ਹੈ। ਉਸ ਮੌਕੇ ਕਬੀਰ ਜੀ ਲੱਗੇ ਕਹਿਣ, ਕਹਿ ਲੱਗੇ ਸਭ ਤੋਂ ਵੱਡੀ ਸੇਵਾ ਜਿਹੜੀ ਗੁਰੂ ਦੀ ਉਹ ਇਹ ਹੈ, ਆਗਿਆ ਤੁਮ ਨਹੀਂ ਜੀ ਸਾਹਿਬ ਸੇਵਾ, ਸਾਹਿਬ ਸੇਵਾ, ਆਗਿਆ ਤੁਮ ਨਹੀਂ ਜੀ ਸਾਹਿਬ ਸੇਵਾ, ਸਾਹਿਬ ਸੇਵਾ, ਆਗਿਆ ਤੁਮ ਨਹੀਂ ਅੱਗੇ ਸੁਣੀ ਜੀ ਸਾਹਿਬ ਸੇਵਾ, ਸਾਹਿਬ ਸੇਵਾ, ਅੱਗੇ ਸੁਣੀ ਜੀ ਸਾਹਿਬ ਸੇਵਾ, ਸਾਹਿਬ ਸੇਵਾ, ਸਮਨੀ ਸਭ ਸੇਵਾ। ਸਭ ਤੋਂ ਵੱਡੀ ਸੇਵਾ ਗੁਰੂ ਪਰਮੇਸ਼ਰ ਦੀ, ਗੁਰੂ ਪਰਮੇਸ਼ਰ ਦੇ ਹੁਕਮ ਵਿੱਚ ਰਹਿਣਾ, ਗੁਰੂ ਪਰਮੇਸ਼ਰ ਦੇ ਹੁਕਮ ਵਿੱਚ ਚੱਲਣਾ ਹੈ। ਘਰ ਦੇ ਵਿੱਚ ਕਿਸੇ ਦੇ ਪੰਜ ਚਾਰ ਲੜਕੇ ਹਨ, ਸੱਸ ਪੰਜ ਚਾਰ ਲੜਕਿਆਂ ਦੇ ਵਿੱਚੋਂ ਮਾਂ ਬਾਪ ਨੂੰ ਕੋਈ ਬੱਚਾ ਜ਼ਿਆਦਾ ਪਿਆਰਾ ਲੱਗਿਆ ਕਰਦਾ, ਜਿਹੜਾ ਮਾਤਾ ਪਿਤਾ ਦਾ ਆਗਿਆ ਕਰੀ ਹੁੰਦਾ, ਮਾਂ ਬਾਪ ਦੇ ਕਹੇ ਵਿੱਚ ਚੱਲਦਾ ਹੈ। ਤਦੇ ਦਾ ਦੱਸਣਾ ਕੀਤਾ, ਸਤਿਗੁਰੂ ਨੂੰ ਸਭ ਕੁਝ ਦੇਖਦਾ। ਜੇ ਤਾਂ ਜਗ ਸੰਸਾਰ ਡਿੱਠੇ ਮੁਕਤ ਨਾ ਹੋਵੀ, ਜੇ ਚਿਰ ਸ਼ਬਦ ਨਾ ਕਰੇ ਪਿਆਰ ਗੁਰੂ ਕੀ ਸੰਗਤ, ਜਿੰਨੇ ਚਿਰ ਗੁਰੂ ਦਾ ਬਚਨ ਨਹੀਂ ਮੰਨਦਾ
ਉਹਨੇ ਚਿਰ ਗੁਰੂ ਕ੍ਰਿਸ਼ਨ ਸਿੰਘ ਜੀ ਦੀ ਸਿੱਖ ਦਾ ਜੀਵਨ ਉੱਚਾ ਨਹੀਂ ਉੱਠਿਆ ਕਰਦਾ। ਸਤਿਗੁਰੂ ਗੁਰੂ ਰਾਮਦਾਸ ਜੀ ਮਾਰ ਪਹੁੰਚੋ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ। ਬੈਠਾ ਸੋਢੀ ਪਾਤਸ਼ਾਹ, ਬੈਠਾ ਟੋਢੀ ਪਾਤਸ਼ਾਹ, ਬੈਠਾ ਟੋਢੀ ਬੈਠਾ ਟੋਢੀ ਪਾਤਸ਼ਾਹ, ਬੈਠਾ ਟੋਢੀ ਰੋਮ ਬਾਪ ਪ੍ਰਮੁੱਖ ਹੋਵੇ, ਬੈਠਾ ਟੋਢੀ ਪਾਤਸ਼ਾਹ, ਬੈਠਾ ਟੋਢੀ ਪਾਤਸ਼ਾਹ, ਬੈਠਾ ਟੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਗੁਰੂ ਕਹਾਵੇ। ਇਹ ਜ਼ਮਾਨਾ ਚੌਥੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਸੀ। ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਇਸ ਨਗਰ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੇ ਹੱਥੀਂ ਹੀ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦੇ ਬਚਨ 'ਤੇ ਫੁੱਲ ਚੜਾਉਂਦੇ ਹੋਏ ਵਸਾਇਆ ਸੀ। ਗੁਰੂ ਕੀ ਸੰਗਤ ਦਸਣਾ ਕੀਤਾ, ਗੁਰੂ ਕਿਸ਼ਨ ਇੱਕ ਦਫਾ ਦਾ ਐਸਾ ਜ਼ਿਕਰ ਹੋਇਆ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦਾ ਇੱਕ ਭਰਾ ਸੀ ਭਾਈ ਸਿਹਾਰੀ ਮਲ, ਇਹਦੇ ਲੜਕੇ ਦੀ ਸ਼ਾਦੀ ਆ ਗਈ। ਗੁਰੂ ਕੀ ਸੰਗਤ ਹਜ਼ੂਰ ਦਾ ਵੱਡਾ ਸਾਹਿਬਜ਼ਾਦਾ ਬਾਬਾ ਸ੍ਰੀ ਬਾਬਾ ਪ੍ਰਿਥੀ ਚੰਦ ਸੀ, ਜਿਹੜਾ ਗੁਰੂ ਕਿਸ਼ਨ ਪ੍ਰਿਥੀ ਚੰਦ ਸੀ, ਪ੍ਰਿਥੀਆ ਵੀ ਕਿਹਾ ਜਾਂਦਾ, ਇਹ ਬੜਾ ਚਲਾਕ ਸੀ, ਚਤੁਰਭੁਜ ਸੀ। ਗੁਰੂ ਕਿਸ਼ਨ ਇਹਦੇ ਮਨ ਵਿੱਚ ਇੱਕੋ ਗੱਲ ਬੈਠੀ ਹੋਈ ਸੀ, ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਗੁਰੂ ਕਿਸ਼ਨ ਗੁਰੂ ਨਾਨਕ ਜੀ ਦੀ ਗੁਰਤਾ ਗੁਰਗੱਦੀ ਦੀ ਬਖਸ਼ਿਸ਼ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਕੀਤੀ, ਉੱਥੇ ਸਤਸੰਗ ਆਪਣੀ ਜ਼ਿੰਦਗੀ ਦੇ ਕੁਝ ਜਿਹੜੇ ਜੋ ਸਮਾਂ ਬਾਕੀ ਸੀ ਉਹ ਵੀ ਬਖਸ਼ਿਸ਼ ਕੀਤਾ। ਖੈਰ ਕਦੇ ਸਮਾਂ ਬਣਿਆ ਤਾਂ ਵਿਚਾਰ ਕਰਾਂਗੇ। ਇਹ ਜੋ ਪ੍ਰਿਥੀ ਚੰਦ ਸੀ ਬੜਾ ਚਲਾਕ ਸੀ, ਹਰ ਸਮੇਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਅੱਗੇ ਪਿੱਛੇ ਰਿਹਾ ਕਰਦਾ ਸੀ। ਇਹਦੇ ਮਨ ਵਿੱਚ ਇੱਕੋ ਗੱਲ ਬੈਠੀ ਹੋਈ ਸੀ, ਕਿਤੇ ਮੇਰੇ ਪਿਤਾ ਗੁਰੂ ਰਾਮਦਾਸ ਜੀ ਗੁਰਤਾ ਗੁਰਗੱਦੀ ਦੀ ਬਖਸ਼ਿਸ਼ ਮਹਾਂਦੇਵ ਜੀ 'ਤੇ ਜਾਂ ਗੁਰੂ ਜਾਂ ਅਰਜਨ 'ਤੇ ਨਾ ਕਰ ਦੇਣ। ਇਸ ਕਰਕੇ ਇਹ ਗੁਰੂ ਕੀ ਸੰਗਤ ਮਾਫ ਕਰਨ, ਹਰ ਸਮੇਂ ਗੁਰੂ ਰਾਮਦਾਸ ਮਹਾਰਾਜ ਦੇ ਚਾਰ ਸ਼ਿਰੇ ਨੇੜੇ ਰਹਿਣਾ ਜਥਾ ਯੋਗ ਸਮਝਦਾ ਸੀ। ਸਾਧ ਸੰਗਤ ਜੀ, ਇਹ ਦਾਤਾਂ ਨੇੜੇ ਰਹਿ ਕੇ ਨਹੀਂ ਮਿਲਦੀਆਂ, ਇਹ ਦਾਤਾਂ ਤਾਂ ਮਹਾਂਪੁਰਸ਼ਾਂ ਦਾ ਵਚਨ ਮੰਨ ਕੇ ਮਿਲਦੀਆਂ। ਜੇ ਦਾਤ ਨੇੜੇ ਰਹਿ ਕੇ ਮਿਲਦੀ ਹੁੰਦੀ, ਗੁਰੂ ਨਾਨਕ ਜੀ ਦੇ ਨੇੜੇ, ਬਾਲਾ ਜੀ ਦੇ ਮਰਦਾਨਾ ਜੀ ਤੋਂ ਭਲਾ ਹੋਰ ਕੌਣ ਨੇੜੇ ਹੋ ਸਕਦਾ ਸੀ, ਜਿਹੜੇ ਸਾਰੀ ਜ਼ਿੰਦਗੀ ਗੁਰੂ ਨਾਨਕ ਜੀ ਦੇ ਚਰਨਾਂ ਦੇ ਵਿੱਚ ਰਹੇ। ਪਰ ਗੱਲ ਕਿਹਨਾਂ ਦੀ ਬਣੀ ਜਾ ਕੇ, ਬਾਬਾ ਲਹਿਣਾ ਜੀ ਗੁਰੂ ਕੀ ਸੰਗਤ ਮਾਫ ਕਰਨਾ, ਜੇ ਕਿਹਾ ਕਿ ਲਹਿਣਿਆ ਮੁਰਦਾ ਖਾਲਾ ਸੱਤ ਵਚਨ, ਗੁਰੂ ਪੀਰ ਦੇ ਬਚਨ ਦੇ ਉੱਤੇ ਫੁੱਲ ਚੜਾਉਣਾ, ਗੁਰੂ ਕੀ ਸੰਗਤ ਉਹਨਾਂ ਦੀ ਇਹ ਬਖਸ਼ਿਸ਼ਾਂ ਹੁੰਦੀਆਂ ਨੇ ਜਿਹੜੇ ਗੁਰੂ ਪੀਰਾਂ ਦੇ ਬਚਨਾਂ 'ਤੇ ਫੁੱਲ ਚੜਾਇਆ ਕਰਦੇ ਹਨ। ਅਸੀਂ ਗੁਰੂ ਕਹਿ ਦਿੰਦੇ ਹਾਂ, ਇਸਲਾਮੀ ਮਤ ਦੇ ਲੋਕ ਜਿਹੜੇ ਨੇ ਪੀਰ ਕਹਿ ਦਿੰਦੇ ਹਨ। ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ ਸੁਸਾਰ, ਕਿਰਪਾ ਕਰੇ ਜਿਸ ਆਪਣੀ ਤਾਂ ਲਾਏ ਹੇਤ ਪਿਆਰ, ਗੁਰੂ ਕੀ ਸੰਗਤ ਜਗ ਮੈਂ ਉੱਤਮ ਕਾਢੀਏ ਵਿਰਲੇ ਕਈ ਕੇ। ਖੈਰ ਗੁਰੂ ਕੀ ਸੰਗਤ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦਾ ਭਰਾ ਸਿਹਾਰੀ ਮਲ ਲਾਹੌਰ ਤੋਂ ਚੱਲ ਕੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਪੇਸ਼ ਹੋਇਆ। ਦੋਵੇਂ ਹੱਥ ਜੁੜ ਕੇ ਪ੍ਰਾਰਥਨਾ ਕੀਤੀ, ਮਹਾਰਾਜ ਮੇਰੇ ਬੇਟੇ ਦੀ ਸ਼ਾਦੀ ਹੈ, ਕਿਰਪਾ ਕਰਕੇ ਆਪ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ, ਤੁਹਾਡੇ ਆਉਣ ਦੇ ਨਾਲ ਨਾਲੇ ਮੇਰਾ ਘਰ ਪਵਿੱਤਰ ਹੋਵੇਗਾ, ਆਪ ਜੀ ਦੇ ਪਵਿੱਤਰ ਚਰਨ ਪੈਣ ਕਰਕੇ ਨਾਲੇ ਮੇਰਾ ਭਾਈਚਾਰੇ ਵਿੱਚ ਲੋਕਾਂ ਵਿੱਚ ਬੜਾ ਸਤਿਕਾਰ ਵਧੇਗਾ, ਆਪ ਕਿਰਪਾ ਕਰਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਖਿਆ ਭਾਈ ਸਿਹਾਰੀ ਮਲ ਨੂੰ, ਆਖਿਆ ਤੁਸੀਂ ਘਬਰਾਓ ਨਾ, ਅਸੀਂ ਜ਼ਰੂਰ ਆਵਾਂਗੇ, ਆਪ ਨਾ ਆਏ ਤਾਂ ਆਪਣੇ ਸਾਹਿਬਜ਼ਾਦਿਆਂ ਵਿੱਚੋਂ ਕਿਸੇ ਇੱਕ ਨੂੰ ਭੇਜਾਂਗੇ। ਖੈਰ ਗੁਰੂ ਕੀ ਸੰਗਤ ਸਿਹਾਰੀ ਮਲ ਤਾਂ ਵਾਪਸ ਮੁੜ ਗਿਆ। ਦੂਸਰੇ ਦਿਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੇ ਵਿਚਾਰਿਆ ਕਿ ਜੇਕਰ ਅਸੀਂ ਸਿਹਾਰੀ ਮਲ ਦੇ ਲੜਕੇ ਦੀ ਸ਼ਾਦੀ 'ਤੇ ਚਲੇ ਗਏ, ਸਾਡੇ ਜਾਣ ਦੇ ਨਾਲ ਉੱਥੇ ਸੰਗਤਾਂ ਦਾ ਬੜਾ ਇਕੱਠ ਹੋਵੇਗਾ, ਸੰਗਤਾਂ ਦਾ ਇਕੱਠ ਹੋਣ ਦੇ ਨਾਲ
ਇਹ ਕੁਦਰਤੀ ਗੱਲ ਹੈ, ਉੱਥੇ ਸਿਹਾਰੀ ਮਲਦਾ, ਸੰਗਤ ਦੀ ਸੇਵਾ ਕਰਨ 'ਤੇ ਬੜਾ ਖਰਚ ਹੋਵੇਗਾ। ਉਸ ਮੌਕੇ ਆਪ ਜੀ ਨੇ ਸੋਚਿਆ, ਆਪ ਨਾ ਜਾ ਕੇ ਆਪਣੇ ਵੱਡੇ ਸਾਹਿਬਜ਼ਾਦੇ ਪ੍ਰਿਥੀ ਚੰਦ ਜੀ ਨੂੰ ਭੇਜ ਦਿੰਦੇ ਹਾਂ। ਆਪ ਜੀ ਨੇ ਸੇਵਾਦਾਰ ਨੂੰ ਭੇਜ ਕੇ ਪ੍ਰਿਥੀ ਚੰਦ ਨੂੰ ਬੁਲਾਇਆ, ਕਹਿਣਾ ਕੀਤਾ, ਦੇਖੋ ਬੇਟਾ, ਸਾਡੇ ਭਰਾ ਦੇ ਲੜਕੇ ਦੀ ਸ਼ਾਦੀ ਹੈ, ਇੰਝ ਕਰੋ ਤੁਸੀਂ ਜਾਓ, ਜਾ ਕੇ ਸ਼ਾਦੀ ਦੀ ਜਿਹੜੀ ਰਸਮ ਰਿਵਾਜ ਹੈ ਉਹ ਪੂਰੀ ਕਰਕੇ ਆਓ, ਜੋ ਲੈਣਾ ਦੇਣਾ ਨਿਉਂਦਾ ਵਗੈਰਾ ਬਣਦਾ ਉਹ ਸਾਰੇ ਫਰਜ਼ ਤੁਸੀਂ ਅਦਾ ਕਰਕੇ ਆਓ। ਉਸ ਮੌਕੇ ਗੁਰੂ ਕੀ ਸੰਗਤ ਪ੍ਰਿਥੀ ਚੰਦ ਜੀ, ਮਾਫ ਕਰਨਾ, ਇਹ ਹਰ ਸਮੇਂ ਗੁਰੂ ਸਾਹਿਬ ਨੇੜੇ ਰਹਿੰਦਾ ਸੀ, ਮਨ ਵਿੱਚ ਗੱਲ ਬੈਠੀ ਸੀਗੀ ਕਿਤੇ ਮੇਰੇ ਪਿਤਾ ਗੁਰੂ ਰਾਮਦਾਸ ਜੀ ਇਹ ਗੁਰਤਾ ਗੁਰਗੱਦੀ ਗੁਰੂ ਨਾਨਕ ਜੀ ਦੀ ਕਿਸੇ ਹੋਰ 'ਤੇ ਬਖਸ਼ਿਸ਼ਾਂ ਕਰ ਦੇਣ, ਸਤਸੰਗ ਦਾਤਾਂ ਕਿਤੇ ਇਵੇਂ ਮਿਲਦੀਆਂ ਨੇ, ਇਹ ਦਾਤਾਂ ਤਾਂ ਉਹਨਾਂ ਨੂੰ ਮਿਲਦੀਆਂ ਹਨ ਜਿਨ੍ਹਾਂ 'ਤੇ ਤਰੋਂ ਹੀ ਦਰਗਾਹ ਤੋਂ ਹੀ ਜਿਨ੍ਹਾਂ 'ਤੇ ਵਹਿਰੂ ਦੀ ਕਿਰਪਾ ਹੁੰਦੀ ਹੈ। ਸੋ ਸਤਸੰਗ ਜੀ ਇਹਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਨਹੀਂ ਪਿਤਾ ਜੀ ਉੱਤੋਂ ਕੁਝ ਹੋਰ ਮਾਫ ਕਰਨ ਵਿੱਚੋਂ ਕੁਝ ਹੋਰ ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ। ਪਿਤਾ ਜੀ ਜੇ ਮੈਂ ਲਾਹੌਰ ਚਲਾ ਗਿਆ, ਇੰਨੀਆਂ ਵੱਡੀਆਂ ਗੁਰੂ ਘਰ ਦੀਆਂ ਜ਼ਿੰਮੇਵਾਰੀਆਂ ਕੌਣ ਸੰਭਾਲੇਗਾ, ਏਡਾ ਵੱਡਾ ਕੰਮ ਕਾਰ ਜੋ ਸੰਭਾਲਿਆ ਹੋਇਆ ਮੈਂ, ਆ ਇੱਕ ਪਾਸੇ ਬਿਲਡਿੰਗਾਂ ਦਾ ਕੰਮ ਚੱਲ ਰਿਹਾ, ਗੁਰੂ ਘਰ ਦੀਆਂ ਯਾਦਾਂ ਬਣ ਰਹੀਆਂ ਨੇ, ਆਪ ਇਵੇਂ ਕਰੋ, ਮੈਂ ਨਹੀਂ ਜਾਣਾ ਚਾਹੁੰਦਾ, ਮੈਂ ਆਪ ਜੀ ਦੇ ਚਰਨਾਂ ਵਿੱਚ ਰਹਿਣਾ ਚਾਹੁੰਦਾ ਹਾਂ। ਗੁਰੂ ਸਾਹਿਬ ਨੇ ਆਖਿਆ, ਕੋਈ ਨਹੀਂ, ਕੰਮ ਚੱਲਦੇ ਰਹਿੰਦੇ ਹਨ। ਪਰ ਫਿਰ ਆਖਿਆ, ਨਹੀਂ ਪਿਤਾ ਜੀ ਮੈਂ ਆਪ ਜੀ ਦੇ ਚਰਨਾਂ ਵਿੱਚ ਰਹਾਂਗਾ। ਮੁਕਦੀ ਗੱਲ ਕੀ ਜਵਾਬ ਦਿੱਤਾ ਸਤਸੰਗ ਜੀ, ਬੱਧੇ ਕਰਦੇ ਨੇ ਸਲਾਮਾਂ ਜਿਹੜੇ ਤੇਰੀਆਂ, ਉਹ ਨੀ ਤੈਨੂੰ ਪਾਉਂਦੇ ਸਤਿਗੁਰਾਂ ਜੀ, ਬੱਧੇ ਕਰਦੇ ਨੇ ਸਲਾਮਾਂ ਜਿਹੜੇ ਉਹ ਨੀ ਤੈਨੂੰ ਪਾਉਂਦੇ ਸਤਿਗੁਰਾਂ ਤੇਰੀਆਂ, ਸੋ ਨੀ ਤੈਨੂੰ ਪਾਉਂਦੇ ਸਤਿਗੁਰਾਂ, ਬੱਧੇ ਕਰਦੇ ਨੇ ਸਲਾਮਾਂ ਜਿਹੜੇ ਤੇਰੀਆਂ, ਸੋ ਨੀ ਤੈਨੂੰ ਪਾਉਂਦੇ ਸਤਿਗੁਰਾਂ ਬੱਧੇ ਕਰਦੇ ਨੇ ਸਤਿਗੁਰਾਂ ਮੇਰੇ ਪਿਆਰੇ, ਉਹ ਨੀ ਤੈਨੂੰ ਪਾਉਂਦੇ ਸਤਿਗੁਰਾਂ ਬੱਧੇ ਕਰਦੇ ਨੇ ਸਲਾਮਾਂ ਜਿਹੜੇ ਤੇਰੀਆਂ, ਉਹ ਨੀ ਤੈਨੂੰ ਪਾਉਂਦੇ ਸਤਿਗੁਰਾਂ
ਚਾਚਰੀ ਨਾਲ ਕਾਬਾਬ ਗੱਲਾਂ ਕਰੇ ਕਨੇਰੀਆਂ ਉਹ ਖਸਮ ਨਾ ਪਾਏ ਤਾਂ ਮਾਲਕ ਦੀ ਖੁਸ਼ੀ। ਅੱਜ ਕੱਲ੍ਹ ਜੀ ਨਵਾਂ ਰਿਵਾਜ ਚੱਲਿਆ ਜੀ, ਅਸੀਂ ਤਾਂ ਜੀ ਸੰਤਾਂ ਨੂੰ ਨਹੀਂ ਮੰਨਦੇ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਦੇ ਹਾਂ, ਸ਼ਰਾਬਾਂ ਵੀ ਪੀ ਜਾਂਦੇ ਹਾਂ, ਮਾਸ ਵੀ ਖਾਈ ਜਾਂਦੇ ਹਾਂ, ਪੰਥ ਪਾਰੀ ਖਾਤੀਆਂ ਮੁੱਖ ਪੀੜੀਆਂ ਲਾਈਆਂ, ਹਰ ਹਰ ਕਦਮ ਦਿੱਤੀਓ ਜਮ ਪਕੜ ਜਲਾਈਆਂ। ਮਾਫ ਕਰਨਾ, ਬਚਨ ਵੀ ਕੋਈ ਨਹੀਂ ਮੰਨਣਾ ਗੁਰੂ ਗ੍ਰੰਥ ਸਾਹਿਬ ਦਾ, ਮੱਥਾ ਵੀ ਜ਼ਰੂਰ ਟੇਕਣਾ, ਗੁਰੂ ਘਰ ਵੀ ਆਉਣਾ ਹੈ। ਮਾਫ ਕਰਨਾ, ਗੁਰੂ ਘਰ ਵੀ ਆਉਣਾ, ਮੱਥਾ ਵੀ ਜ਼ਰੂਰ ਟੇਕਣਾ, ਬਾਣੀ ਵੀ ਜ਼ਰੂਰ ਪੜ੍ਹਨੀ, ਪਰ ਬਚਨ ਵੀ ਇੱਕ ਨਹੀਂ ਮੰਨਣਾ ਖਾਲਸਾ ਜੀ। ਕਬੀਰ ਪੰਗ ਮਾਚਲੀ ਸੁਰਾ ਪਾਣ ਜੋ ਜੋ ਪ੍ਰਾਣੀ ਖਾਏ ਤੀਰਥ ਬਲਤ ਯਾਰ ਨਹੀਂ ਕਰਨਾ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਲੱਗ ਗਿਆ ਗਾ ਖਾਲਸਾ ਜੀ, ਮਾਫ ਕਰਨਾ, ਜਿਸ ਦਿਨ ਗੁਰੂ ਸਾਹਿਬ ਦਾ ਬਚਨ ਮੰਨਣ ਲੱਗ ਗਿਆ, ਉਸ ਦਿਨ ਸਾਡਾ ਵੀ ਮੂੰਹ ਬਣ ਜਾਏਗਾ ਕੀ ਇਹ ਪੜ੍ਹਨ ਵਾਲਾ। ਆਗਿਆ ਪਈ ਅਕਾਲ ਕੀ ਦਬੀ ਚਲਾਏ ਹੋ ਪੰਥ, ਸਭ ਕੀ ਕੰਠੋ ਹੁਕਮ ਹੈ ਓ ਗੁਰੂ ਮੰਨਿਓ। ਮਾਫ ਕਰਨਾ, ਰੋਟੀ ਤੇ ਖਾਣੀ ਇਸ ਕਰਕੇ ਕਿ ਸਾਡੀ ਭੁੱਖ ਦੂਰ ਹੋ ਜਾਏ, ਜੇ ਰੋਟੀ ਖਾ ਕੇ ਵੀ ਭੁੱਖ ਦੂਰ ਨਾ ਹੋਈ ਤਾਂ ਖਾਣਾ ਖਾਣ ਦਾ ਫਾਇਦਾ ਕੀ ਹੋਇਆ। ਪਾਣੀ ਤੇ ਪੀਣਾ ਇਸ ਕਰਕੇ ਕਿ ਸਾਡੀ ਪਿਆਸ ਦੂਰ ਹੋ ਜਾਏ, ਜੇ ਪਾਣੀ ਪੀ ਕੇ ਵੀ ਪਿਆਸ ਦੂਰ ਨਾ ਹੋਈ ਤਾਂ ਉਸ ਪਾਣੀ ਪੀਤੇ ਦਾ ਫਾਇਦਾ ਕੀ। ਬਾਣੀ ਤਾਂ ਪੜ੍ਹਨੀ ਇਸ ਕਰਕੇ ਕਿ ਸਾਡੀ ਸ਼ਰਾਬ ਛੱਡੀ ਜਾਏ, ਜੇ ਬਾਣੀ ਪੜ੍ਹ ਕੇ ਵੀ ਸ਼ਰਾਬ ਪੀਂਦੇ ਹਾਂ, ਬਾਣੀ ਤਾਂ ਪੜ੍ਹਨੀ ਇਸ ਕਰਕੇ ਕਿ ਸਾਡੇ ਮਾੜੇ ਕਰਮ ਛੱਡੇ ਜਾਣ, ਜੂੜ ਛੱਡੀ ਜਾਏ, ਝੂਠ ਛੱਡੀ ਜਾਏ, ਛੱਡਿਆ ਜਾਵੇ। ਮਾਫ ਕਰਨਾ ਗੁਰੂ ਕੀ ਸੰਗਤ, ਪਰ ਇੱਥੇ ਇੱਧਰ ਪ੍ਰਿਥੀ ਚੰਦ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਪਿਤਾ ਜੀ ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ, ਇੰਝ ਕਰੋ ਮਹਾਂਦੇਵ ਅਤੇ ਅਰਜਨ ਵਿੱਚ ਦੋਨਾਂ ਵਿੱਚੋਂ ਕਿਸੇ ਹੋਰ ਨੂੰ ਭੇਜ ਦਿੱਤਾ ਜਾਵੇ। ਨਾਂ ਦਾ ਜਵਾਬ ਚੱਕਰ ਮੱਕੇ ਚੱਕਰੀ ਨਵੇਂ ਘਰ ਬਾਬ ਕੰਨਾ ਕਰੇ ਕਨੇਰੀਆਂ ਉਹ ਖਤਮ ਨਾ ਪਾਏ ਤਾ। ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਏ ਮਾਨ। ਹਜ਼ੂਰ ਨੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੇ ਮਹਾਂਦੇਵ ਜੀ ਨੂੰ ਕਹਿਣਾ ਕੀਤਾ, ਮਹਾਂਦੇਵ ਭਾਈਚਾਰੇ ਦਾ ਮਸਲਾ ਇੰਝ ਕਰ, ਸਾਡੇ ਭਰਾ ਦੇ ਲੜਕੇ ਦੀ ਸ਼ਾਦੀ ਇਹ ਰਸਮ ਰਿਵਾਜ ਤੂੰ ਕਰਕੇ ਆ। ਇਹਨੇ ਵੀ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਪਿਤਾ ਜੀ ਮੈਨੂੰ ਤਾਂ ਇਹੀ ਨਹੀਂ ਪਤਾ ਦਿਨ ਕਿੱਧਰੋਂ ਨਿਕਲਦਾ ਅਤੇ ਕਿੱਧਰ ਨੂੰ ਛਿਪ ਜਾਂਦਾ, ਇਹਦੇ ਮਨ ਦੀ ਇਹੋ ਜਿਹੀ ਕੋਈ ਮਸਤਾਨੀ ਅਵਸਥਾ ਸੀ। ਗੁਰੂ ਅਰਜਨ ਦੇਵ ਮਹਾਰਾਜ ਜੋ ਕਿ ਛੋਟੇ ਸਨ ਉਮਰ ਕਰਕੇ, ਮਾਫ ਕਰਨਾ ਖਾਲਸਾ ਜੀ, ਸਤਿਗੁਰੂ ਅੰਤਰਜਮੀ ਹੈ, ਸਰਵ ਸ਼ਕਤੀਮਾਨ ਹੈ। ਹਜ਼ੂਰ ਨੇ ਅਰਜਨ ਦੇਵ ਨੂੰ ਬੁਲਾਉਣਾ ਕੀਤਾ, ਆਖਿਆ ਬੇਟਾ ਸਾਡੇ ਭਰਾ ਦੇ ਲੜਕੇ ਦੀ ਸ਼ਾਦੀ, ਤੇਰੇ ਦੋ ਭਰਾ ਜਾਣ ਵਾਸਤੇ ਤਿਆਰ ਨਹੀਂ। ਆਖਿਆ ਇੰਝ ਕਰੋ, ਤੁਸੀਂ ਲਾਹੌਰ ਜਾਓ, ਜੋ ਸ਼ਾਦੀ ਦੀ ਰਸਮ ਰਿਵਾਜ ਹੈ ਸਾਰੀ ਪੂਰੀ ਕਰਕੇ ਆਓ। ਆਪ ਜੀ ਨੇ ਸੱਤ ਬਚਨ ਕਹਿ ਦਿੱਤਾ, ਸੱਤ ਬਚਨ ਸਾਧੂ ਉਪਦੇਸ਼, ਉਪਦੇਸ਼ ਇਹ ਸੰਤਾਂ ਦਾ ਬਚਨਾਂ ਤੇ ਪਹਿਰਾ ਦੇਣਾ, ਉਪਦੇਸ਼ ਹੈ ਸੰਤਾਂ ਦਾ ਬਚਨਾਂ ਤੇ ਪਹਿਰਾ ਦੇਣਾ, ਸੰਤਾਂ ਦਾ
ਬਚਨ ਕਹਿ ਕੇ ਸੀਸ ਨਵਾ ਦਿੱਤਾ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਤੋਂ ਬਾਅਦ 'ਚ ਹੋਏ ਨਾ, ਪਹਿਲਾਂ ਨਾ ਅਰਜਨ ਦੇਵ ਸੀ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਪਿਤਾ ਜੀ ਸੱਤ ਬਚਨ ਮੈਂ ਜਾਂਦਾ ਹਾਂ ਪਰ ਮੈਨੂੰ ਛੇਤੀ ਬੁਲਾ ਲੈਣਾ, ਆਪ ਜੀ ਦੇ ਦੀਦਾਰ ਕੀਤੇ ਬਿਨਾਂ ਮੈਂ ਪ੍ਰਸ਼ਾਦਾ ਪਾਣੀ ਅਨ ਪਾਣੀ ਨਹੀਂ ਛਕਦਾ। ਗੁਰੂ ਰਾਮਦਾਸ ਜੀ ਮਰ ਲੱਗੇ ਕਿ ਦੇਖੋ ਬੇਟਾ ਅਰਜਨ, ਜਦੋਂ ਤੱਕ ਤੈਨੂੰ ਬੁਲਾਈਏ ਨਾ ਤੁਸੀਂ ਲਾਹੌਰ ਤੋਂ ਵਾਪਸ ਨਹੀਂ ਆਉਣਾ। ਖੈਰ ਗੁਰੂ ਕੀ ਸੰਗਤ, ਆਪ ਜੀ ਇਸ ਸ਼ਾਦੀ ਦੇ ਪ੍ਰੋਗਰਾਮ ਬਣਾਉਣ ਵਾਸਤੇ ਲਾਹੌਰ ਨੂੰ ਚਲੇ ਗਏ। ਸਮਾਂ ਬੀਤਦਾ ਤੁਰਿਆ ਜਾਂਦਾ, ਕਈ ਦਿਨ ਗੁਜ਼ਰ ਗਏ, ਵਿਆਹ ਸ਼ਾਦੀ ਦਾ ਪ੍ਰੋਗਰਾਮ ਸੀ ਜਿਹੜਾ ਉਹ ਸੱਸ ਨਿਭਾ ਦਿੱਤਾ ਗਿਆ। ਪਰ ਬਚਨ ਹਨ ਪਿਤਾ ਪਰਮੇਸ਼ਰ ਦੇ, ਜਦੋਂ ਤੱਕ ਬੁਲਾਈਏ ਨਾ ਉਦੋਂ ਤੱਕ ਵਾਪਸ ਨਹੀਂ ਆਉਣਾ। ਗੁਰੂ ਕੀ ਸੰਗਤ, ਜਿਹੜੇ ਰੋਜ਼ ਜਿਸ ਜਿਹੜੇ ਨੇਤਰ ਰੋਜ਼ ਦਰਸ਼ਨ ਦੀਦਾਰ ਕਰਦੇ ਸਨ ਗੁਰੂ ਕਾ, ਦਰਸ਼ਨ ਪਿਆਸੀ ਦਿਨ ਰਾਤ ਚਿੰਤਨ ਨੀਤ, ਖੁੱਲ ਕਪਟ ਗੁਰੂ ਮੇਲੀਆ ਨਾਨਕ ਹਰ ਸੰਘ ਮੀਤ। ਗੁਰੂ ਕੀ ਸੰਗਤ, ਕਈ ਦਿਨ ਗੁਜ਼ਰ ਗਏ, ਅੱਜ ਕੋਈ ਅਜੇ ਤੱਕ ਕੋਈ ਵੀ ਲਾਹੌਰ ਵਿੱਚ ਹਰਿਮੰਦਰ ਸਾਹਿਬ ਤੋਂ ਅੰਮ੍ਰਿਤਸਰ ਤੋਂ ਮੇਰੇ ਪਿਤਾ ਗੁਰੂ ਰਾਮਦਾਸ ਜੀ ਦਾ ਸੁਨੇਹਾ ਨਹੀਂ ਆਇਆ। ਅੱਜ ਮਨ ਦੇ ਵਿਰਾਗ ਨੇ ਠਾਠਾਂ ਮਾਰੀਆਂ, ਗੁਰੂ ਕੀ ਸੰਗਤ ਉੱਚਲ ਉੱਚਲ ਕੇ ਮਨ ਦਾ ਵਿਰਾਗ ਪੈਂਦਾ ਹੈ। ਇੱਕ ਚਿੱਠੀ ਲਿਖਣੀ ਸ਼ੁਰੂ ਕੀਤੀ ਜੋ ਸ਼ਬਦ ਹਜ਼ਾਰਿਆਂ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਉਂ ਦਰਜ ਹੈ। ਮੇਰਾ ਮਨ ਲੋਚਦਾ ਗੁਰਾਂ ਦੇ ਦਰਸ਼ਨ ਤਾਈਂ, ਮੇਰਾ ਮਨ ਲੋਚਦਾ ਗੁਰਾਂ ਦੇ ਦਰਸ਼ਨ ਤਾਈਂ, ਦਰਸ਼ਨ ਤਾਈਂ ਮੇਰਾ ਲੋਚਦਾ ਗੁਰਾਂ ਦੇ ਦਰਸ਼ਨ ਤਾਈਂ, ਮੇਰਾ ਦਰਸ਼ਨ ਤਾਈਂ ਗੁਰਾਂ ਦੇ ਦਰਸ਼ਨ ਤਾਈਂ।
दर्शन ताई दर्शन ताई ਮਨ ਲੋਚਾ ਗੁਰੂ ਦਰਸ਼ਨ ਤਾਹੀਂ ਬਿਲਪ ਕਰੇ ਚਾਤਰ ਕੀ ਨਿਆਈ ਰਿਖਾ ਨਾ ਉਤਰਿਆ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਬੜੇ ਵਿਰਾਗ ਦੇ ਵਿੱਚ ਬੜੇ ਪਿਆਰ ਵਿੱਚ ਆ ਕੇ ਇੱਕ ਪੱਤਰਿਕਾ ਜੋ ਸ਼ਬਦ ਹਜ਼ਾਰਿਆਂ ਦੀ ਬਾਣੀ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੈ ਲਿਖ ਕੇ ਡਾਕੀਏ ਸਿੱਖ ਨੂੰ ਗੁਰੂ ਕੀ ਸੰਗ ਦੇਣੀ ਕੀਤੀ ਜਾਓ ਹਰਿਮੰਦਰ ਸਾਹਿਬ ਮੇਰੇ ਪਿਤਾ ਗੁਰੂ ਰਾਮਦਾਸ ਸਮਰ ਦੇ ਚਰਨਾਂ ਵਿੱਚ ਇਹ ਪੱਤਰਿਕਾ ਰੱਖ ਕੇ ਨਮਸਕਾਰ ਕਰਨੀ ਔਰ ਸਤਸੰਗ ਨਾਲੇ ਮੇਰੀ ਤਰਫੋਂ ਬੇਨਤੀ ਕਰਨੀ ਪਿਤਾ ਜੀ ਦੇ ਰਜੇਵੇਂ ਬੜੇ ਹਨ ਬੇਅੰਤ ਸੰਗਤਾਂ ਦੀ ਆਵਾਜਾਈ ਗੁਰੂ ਰਾਮਦਾਸ ਸਮਰ ਦੇ ਚਰਨਾਂ 'ਚ ਲੱਗੀ ਰਹਿੰਦੀ ਸੀ ਸ਼ਾਇਦ ਪਿਤਾ ਜੀ ਨੂੰ ਮੇਰਾ ਖਿਆਲ ਹੀ ਨਹੀਂ ਆਇਆ ਜਿਵੇਂ ਗੁਰੂ ਕੀ ਸੰਗਤ ਦੇਖੋ ਭਗਤਾਂ ਨੇ ਬਾਣੀ ਉਚਾਰਨ ਕਰਨ ਵਾਲੀ ਕਮਾਲ ਕਰ ਦਿੱਤੀ ਜਿਵੇਂ ਕਿਸੇ ਭੈਣ ਦਾ ਪ੍ਰਦੇਸ਼ ਗਿਆ ਵੀਰ ਸੱਸ ਭੈਣ ਔਂਸੀਆਂ ਲੈ ਲੈ ਕੇ ਕਹਿੰਦੀ ਵੇ ਉੜ ਜਾਵੇ ਉੜ ਜਾ ਕਾਵਾਂ ਤੈਨੂੰ ਚੂਰੀ ਕੁੱਟ ਕੇ ਪਵਾਵਾਂ ਖਵਾਵਾਂ ਮੇਰੇ ਵੀਰ ਦਾ ਮੈਨੂੰ ਕੁਸਣਿਆ ਲਿਆ ਕੇ ਦੇ ਕੋਈ ਪਤੀ ਵਰਤਾ ਔਰਤ ਪ੍ਰਦੇਸ਼ ਗਏ ਪਤੀ ਦੀ ਯਾਦ ਵਿੱਚ ਔਂਸੀਆਂ ਪਾਉਂਦੀ ਕਹਿੰਦੀ ਹੈ ਉੱਟਵੇ ਉੱਡ ਕਾਵਾਂ ਤੈਨੂੰ ਚੂਰੀ ਕੁੱਟ ਕੇ ਪਾਵਾਂ ਕੋਈ ਮਹਾਂ ਪ੍ਰਦੇਸ਼ ਗਏ ਪੁੱਤ ਦੀ ਯਾਦ ਵਿੱਚ ਕਹਿੰਦੀ ਉੱਡਵੇ ਕਾਵਾਂ ਇੱਧਰ ਕਬੀਰ ਜੀ ਕਹਿੰਦੇ ਨੇ ਪੰਥ ਨਿਹਾਰਿਆ ਕਾਮਣੀ ਲੋਚਨ ਭਰੀਲੇ ਉਹ ਸਾਸਾ ਉਰ ਨਾ ਭਿੱਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ ਉੱਡੋ ਨਾ ਕਾਗਾ ਕਾਰੇ ਕਬੀਰ ਜੀ ਕਹਿੰਦੇ ਹਨ ਕਾਗਾ ਤੂੰ ਕਿਸੇ ਮਾਂ ਦੇ ਪੁੱਤ ਦਾ ਸੁਨੇਹਾ ਲਿਆ ਕੇ ਦਿੰਦਾ ਕਿਸੇ ਭੈਣ ਦੇ ਵੀਰ ਦਾ ਸੁਨੇਹਾ ਲਿਆ ਕੇ ਦਿੰਦਾ ਕਿਸੇ ਪਤੀ ਵਰਤਾ ਔਰਤ ਦੇ ਪਤੀ ਦਾ ਸੁਨੇਹਾ ਲਿਆ ਕੇ ਦਿੰਦਾ ਕਹਿੰਦੇ ਨੇ ਕਾਮਾ ਕਿਤੇ ਮੇਰਾ ਵੀ ਕੋਈ ਸੁਨੇਹਾ ਲਿਆ ਦੇ ਰਾਮ ਪਿਆਰਾ ਉੜ ਜਾ ਕਾਗਾ ਕਾਰਿਓ ਰਾਮ ਪਿਆਰਾ ਉੜ ਜਾ ਕਾਗਾ ਕਾਰਿਓ
ਅਵਸਥਾ ਕੁਝ ਇਹੋ ਜਿਹੀ ਹੈ ਜਿਵੇਂ ਲੋਹੇ ਨੂੰ ਜੰਗ ਖਾ ਜਾਂਦਾ, ਲੱਕੜੀ ਨੂੰ ਘੁਣ ਖਾ ਜਾਂਦਾ। ਕਬੀਰ ਜੀ ਫਰਮਾਉਂਦੇ ਨੇ ਜੇ ਸਿਰ ਦੇ ਵਿੱਚ ਪ੍ਰਭੂ ਦਾ ਗੁਰੂ ਦਾ ਵੈਰਾਗ ਪੈਦਾ ਹੋ ਜਾਏ, ਵੈਰਾਗ ਸਾਰੇ ਪਾਪਾਂ ਨੂੰ ਖਾ ਜਾਇਆ ਕਰਦਾ ਹੈ। ਕਬੀਰ ਬਿਰੇ ਬਿਅੰਗੋ ਮਨ ਵੱਸੈ, ਮੰਤ ਨਾ ਮਾਨਾ ਕੋਏ, ਰਾਮ ਬਿਯੋਗੀ ਨਾ ਜੀਏ ਜੀਏ ਤੰਬੋਰਾ ਹੋਏ। ਗੁਰੂ ਕੀ ਸੰਗਤ, ਕਬੀਰ ਜੀ ਦੱਸਦੇ ਨੇ ਸੱਪ ਦੇ ਡੱਸੇ ਦਾ, ਸੱਪ ਦੇ ਡੰਗੇ ਦਾ ਤਾਂ ਕੋਈ ਇਲਾਜ ਝਾੜਾ ਚੰਬੂ ਹੋ ਸਕਦਾ, ਪਰ ਜਿਹਦੇ ਮਨ ਨੂੰ ਵੈਰਾਗ ਰੂਪੀ ਸੱਪ ਨੇ ਨੱਸ ਲਿਆ, ਡੰਗ ਲਿਆ, ਨਾ ਜੀਵੇ ਕੋਈ ਰਾਮ ਦਾ ਬਿਯੋਗੀ, ਨਾ ਜੀਵੇ ਜੀ ਕੋਈ ਰਾਮ ਦਾ ਬਿਯੋਗੀ, ਨਾ ਜੀਵੇ ਬਿਯੋਗੀ ਨਾ ਜੀਏ, ਪਰ ਕਹਿੰਦੇ ਜੇ ਜੀਵੇ ਬੋਰ ਹੋ ਜਾਂਦੇ ਨੇ ਰਾਮ ਤੇ ਬਿਯੋਗੀ, ਜਿਹੜੇ ਬੋਰ ਹੋ ਜਾਂਦੇ ਨੇ ਰਾਮ ਤੇ ਬਿਯੋਗੀ, ਮਨ ਦੀ ਅਵਸਥਾ ਹੈ। ਮੇਰਾ ਮਨ ਲੋਚਦਾ ਗੁਰਾਂ ਦੇ ਦਰਸ਼ਨ ਤਾਈ, ਮੇਰਾ ਮਨ ਲੋਚਦਾ ਗੁਰਾਂ ਦੇ ਦਰਸ਼ਨ ਤਾਈ, ਮੇਰਾ ਮਨ ਲੋਚਦਾ
ਇਹਨੂੰ ਚਿੱਠੀ ਪੱਤਰਕਾਰ ਲਿਖ ਕੇ ਸੇਵਾਦਾਰ ਸਿੱਖ ਡਾਕੀਏ ਦੇ ਹੱਥ ਦੇ ਕੇ ਕਹਿਣਾ ਕੀਤਾ, ਹਰਿਮੰਦਰ ਸਾਹਿਬ ਚਲੇ ਜਾਓ, ਇਹ ਚਿੱਠੀ ਮੇਰੇ ਪਿਤਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ 'ਚ ਰੱਖ ਕੇ ਨਮਸਕਾਰ ਕਰਨੀ, ਨਾਲ ਸਾਡੀ ਤਰਫ ਬੇਨਤੀ ਕਰਨੀ ਕਿ ਮਹਾਰਾਜ ਅਰਜਨ ਦੇ ਮਨ ਦੀ ਅਵਸਥਾ ਬੜੀ ਵਿਰਾਗ ਵਿੱਚ ਹੈ, ਗੁਰੂ ਕੀ ਸੰਗਤ ਡਾਕੀਆ ਸਿੰਘ ਚਿੱਠੀ ਲੈ ਕੇ ਵੀ ਕੋ ਲਾਹੌਰ ਤੋਂ ਹਰਿਮੰਦਰ ਸਾਹਿਬ ਪਹਿਲਾਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਪੁੱਜਿਆ, ਅੱਗੋਂ ਗੁਰੂ ਕੀ ਸੰਗਤ ਹਜ਼ੂਰ ਦਾ ਵੱਡਾ ਭਰਾ ਪ੍ਰਿਥੀ ਚੰਦ ਗੁਰੂ ਕੀ ਸੰਗਤ ਆਪ ਜੀ ਨੂੰ ਮਿਲੇ, ਇਸ ਡਾਕੀ ਨੂੰ ਮਿਲਿਆ, ਪੁੱਛਣਾ ਕੀਤਾ ਆਹ ਪ੍ਰੇਮੀ ਕਿਵੇਂ ਆਏ, ਇਹਨੇ ਕਹਿਣਾ ਕੀਤਾ ਮਹਾਰਾਜ ਅਰਜਨ ਦੀ ਚਿੱਠੀ ਲੈ ਕੇ ਆਇਆ ਹਾਂ। ਪ੍ਰਿਥੀ ਚੰਦ ਜੀ ਲੱਗੇ ਕਹਿਣ ਮੈਂ ਅਰਜਨ ਦਾ ਵੱਡਾ ਭਰਾ ਹਾਂ, ਇਹਦੇ ਕਰੋ ਚਿੱਠੀ ਮੈਨੂੰ ਦੇ ਦਿਓ। ਗੁਰੂ ਕੀ ਸੰਗਤ ਖੈਰ ਡਾਕੀ ਆ ਬਿਨਾਂ ਸੋਚੇ ਵਿਚਾਰੇ ਚਿੱਠੀ ਪ੍ਰਿਥੀ ਚੰਦ ਨੂੰ ਗੁਰੂ ਕੀ ਸੰਗਤ ਦੇ ਕੇ ਜੋ ਚਲਾ ਗਿਆ। ਪ੍ਰਿਥੀ ਚੰਦ ਨੇ ਚਿੱਠੀ ਖੋਲ੍ਹੀ, ਸਾਸਨ ਚਿੱਠੀ ਕਾਹਦੀ ਸੀ, ਉਹ ਤਾਂ ਕਲ ਯੁਗ ਦਾ ਟੁਕੜਾ ਦੂਰ ਕਰੇ, ਟੁਕੜੇ ਦੂਰ ਕਰੇ ਕਲ ਯੁਗ ਦੇ ਟੁਕੜੇ, ਬਾਣੀ ਆਈ ਤਿੰਨ ਸਗਲੀ ਤਿੰਨ ਮਟਾਈ। ਜਦ ਪ੍ਰਿਥੀ ਚੰਦ ਨੇ ਉਹ ਚਿੱਠੀ ਪੱਤਰਕਾ ਪੜ੍ਹੀ, ਉਹ ਤਾਂ ਰੱਬੀ ਬਾਣੀ ਸੀ ਜਿਸ ਨੇ ਕਲਯੁਗ ਦੇ ਜੀਵਨ ਦਾ ਉਧਾਰ ਕਰਨਾ ਸੀ। ਚਿੱਠੀ ਪੜ੍ਹਦੇ ਸਾਰ ਪ੍ਰਿਥੀ ਚੰਦ ਦੇ ਮਨ ਵਿੱਚ ਖਿਆਲ ਆਇਆ ਕਿ ਅਰਜਨ ਤਾਂ ਪਹਿਲੇ ਚਾਰ ਸਤਿਗੁਰੂ ਪਾਤਸ਼ਾਹ ਦੀ ਤਰ੍ਹਾਂ ਬਾਣੀ ਰਚਣ ਲੱਗ ਪਿਆ ਹੈ, ਭਾਵੇਂ ਇਹਨੂੰ ਯਕੀਨ ਉਦੋਂ ਆ ਗਿਆ ਸੀ ਜੇ ਇਸੇ ਤਰ੍ਹਾਂ ਹੀ ਅਰਜਨ ਬਾਣੀ ਰਚਦਾ ਰਿਹਾ ਉਹ ਦਿਨ ਦੂਰ ਨਹੀਂ ਜੋ ਮੇਰੇ ਸੁਪਨੇ ਹਲ ਅਧੂਰੇ ਰਹਿ ਜਾਣਗੇ, ਗੁਰੂ ਨਾਨਕ ਦੀ ਗੁਰਤਾ ਗੁਰਗੱਦੀ ਦੇ ਵਾਰਸ਼ ਅਰਜਨ ਹੋਣਗੇ। ਖੈਰ ਗੁਰੂ ਕਿਸੇ ਚਿੱਠੀ ਪੜ੍ਹ ਕੇ ਆਪਣੇ ਪਿਤਾ ਤੱਕ ਤਾਂ ਕੀ ਪਹੁੰਚਾਉਣੀ ਸੀ, ਕੋਟ ਦੀ ਜੇਬ 'ਚ ਪਾ ਲਈ। ਇੱਧਰ ਕਈ ਦਿਨ ਗੁਜ਼ਰ ਗਏ, ਸਤਸੰਗ ਜੀ ਮਨ ਵਿੱਚ ਖਿਆਲ ਆਇਆ ਪਿਤਾ ਜੀ ਨੇ ਪਲਾ ਦਿੱਤਾ, ਭਾਵੇਂ ਗੁਰੂ ਅੰਤਰਜਾਮੀ ਹੈ ਸਗੋਂ ਜਾਣਦਾ ਗੁਰੂ ਕੀ ਸੰਗਤ ਚੋਜੀ ਪ੍ਰੀਤਮ ਦੇ ਚੋਜ ਹਨ, ਸਤਿਗੁਰੂ ਗੁਰੂ ਰਾਮਦਾਸ ਜੀ ਭਾਵੇਂ ਸਭ ਕੁਝ ਜਾਣਦੇ ਹਨ, ਸਮਰੱਥ ਹਨ, ਸਮਾਂ ਬੀਤਦਾ ਤੁਰਿਆ ਜਾਂਦਾ। ਗੁਰੂ ਕੀ ਸੰਗਤ ਅੱਜ ਸਤਸੰਗ ਜੀ ਇੱਕ ਚਿੱਠੀ ਬੜੇ ਵਿਰਾਗ ਵਿੱਚ ਆ ਕੇ ਇਹਨੂੰ ਲਿਖੀ, ਤੇਰਾ ਮੁੱਖ ਸੁਹਾਵਾ ਜੀਓ ਸਹਿਤ ਨੂੰ ਬਾਣੀ, ਚਿਰਹੁਆ ਦੇਖੇ ਸਾਰੰਗ ਪਾਣੀ, ਧੰਨ ਸੋ ਦੇਸ਼ ਜਾਂ ਤਪੱਸਿਆ। ਤੇਰਾ ਮੁੱਕੜਾ ਸੁਹਾਵਾ ਤੱਤ ਪਾਤਸ਼ਾਹ ਸਹਿਜ ਧੁਨ ਬਾਣੀ ਹੈ, ਸਜ ਤੁਮ ਪਾਣੀ ਤੇਰਾ ਮੁਖੜਾ ਸੁਹਾਵਾ ਸੱਤੇ ਪਾਤਸ਼ਾਹ ਸਜ ਤੁਮ ਪਾਣੀ ਹੈ। Thank you.
ਇੰਤਜ਼ਾਰ ਦੀਆਂ ਘੜੀਆਂ ਬੜੀਆਂ ਲੰਬੀਆਂ ਹੋਇਆ ਕਰਦੀਆਂ ਹਨ, ਮਿਲਾਪ ਦਾ ਸਮਾਂ ਬੜੀ ਛੇਤੀ ਗੁਜ਼ਰ ਜਾਇਆ ਕਰਦਾ ਹੈ। ਸਾਵਣ ਦਾ ਮਹੀਨਾ ਹੈ, ਬਿਜਲੀਆਂ ਚਮਕਦੀਆਂ ਹਨ, ਕਦੇ ਬੱਦਲ ਗਰਜਦੇ ਹਨ, ਰਾਤ ਨੂੰ ਨੀਂਦ ਨਹੀਂ ਆਉਂਦੀ। ਇਹ ਹੈ ਤੜਫ, ਗੁਰੂ ਕੀ ਸੰਗਤ, ਸਮੁੰਦਰ, ਦਰਿਆ, ਨਦੀਆਂ, ਨਾਲੇ ਭਾਵੇਂ ਪਾਣੀ ਦੇ ਭਰ ਭਰ ਕੇ ਵਗਦੇ ਹਨ। ਕੌਣ ਕਹੇ ਪਪੀਹੇ ਨੂੰ ਤਾਂ ਸਮੁੰਦਰਾਂ ਦਾ ਪਾਣੀ ਪੀ ਕੇ, ਦਰਿਆਵਾਂ ਦਾ ਪਾਣੀ ਪੀ ਕੇ ਆਪਣੀ ਪਿਆਸ ਬੁਝਾਲੇ। ਉਹਨੂੰ ਤਾਂ ਲੋੜ ਹੈ ਸਵਾਤੀ ਬੂੰਦ ਦੀ, ਗੁਰੂ ਕੀ ਸੰਗਤ। ਇਸੇ ਤਰ੍ਹਾਂ ਗੁਰੂ ਕਰ ਸਿੱਖ ਗੁਰੂ ਕੇ ਦੀਦਾਰ ਬਿਨਾਂ ਰਹਿ ਨਹੀਂ ਸਕਦੇ। ਚਿੱਠੀ ਲਿਖ ਕੇ ਡਾਕੀਏ ਸਿੱਖ ਨੂੰ ਦੇਣੀ ਕੀਤੀ, ਨਾਲੇ ਵੀ ਗੱਲ ਕਹਿਤੀ ਲੱਗਦਾ ਇਹ ਚਿੱਠੀ ਮੇਰੇ ਪਿਤਾ ਗੁਰੂ ਰਾਮਦਾਸ ਜੀ ਦੇ ਚਰਨਾਂ ਤੱਕ ਪਹੁੰਚੀ ਨਹੀਂ ਲੱਗਦੀ, ਪੁੱਜੀ ਨਹੀਂ ਲੱਗਦੀ। ਡਾਕੀ ਨੂੰ ਚਿੱਠੀ ਦੇ ਕੇ ਤੋਰਤਾ, ਜਦੋਂ ਡਾਕੀਆ ਹਰਿਮੰਦਰ ਸਾਹਿਬ ਪੁੱਜਿਆ, ਅੱਗੇ ਫਿਰ ਪ੍ਰਿਥੀਆ ਮਿਲ ਪੈਂਦਾ ਹੈ। ਪ੍ਰਿਥੀਆ ਨੇ ਆਖਿਆ ਡਾਕੀ ਨੂੰ, ਕਿਉਂ ਬਈ, ਹੁਣ ਵੀ ਕੁਛ ਸੁਨੇਹਾ ਆਇਆ? ਆਖਿਆ ਜੀ ਹਾਂ। ਡਾਕੀ ਦੇ ਮਨ 'ਚ ਗੱਲ ਹੈ ਹੀ ਨਹੀਂ ਸੀ, ਖਿਆਲ ਹੀ ਨਹੀਂ ਸੀ ਹੈ ਕਿ ਪ੍ਰਿਥੀ ਚੰਦ ਜੀ ਅੱਗੇ ਚਿੱਠੀ ਨਹੀਂ ਦਿੰਦੇ ਹੋਣਗੇ ਗੁਰੂ ਕੀ ਸੰਗਤ। ਇਹ ਤਾਂ ਗੱਲ ਹੈ ਸੀ ਕਿ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਚਿੱਠੀ ਦਿੱਤੀ ਜਾਵੇ, ਚਿੱਠੀ ਟਿਕਾਣੇ 'ਤੇ ਪਹੁੰਚ ਜਾਇਆ ਕਰਦੀ। ਉਸ ਮੌਕੇ ਪ੍ਰਿਥੀ ਚੰਦ ਜੀ ਲੱਗੇ ਕਿਉਂ ਕੋਈ ਹੋਰ ਸੁਨੇਹਾ ਅਰਜਨ ਦਾ, ਕਿ ਇੱਕ ਚਿੱਠੀ ਹੋਰ ਆਈ। ਚਿੱਠੀ ਜਦ ਖੋਲ੍ਹ ਕੇ ਪੜ੍ਹੀ, ਚਿਰ ਹੋ ਗਿਆ ਦਰਸ਼ਨ ਦੇਖਣ, ਚਿਰ ਹੋ ਗਿਆ ਦਰਸ਼ਨ ਦੇਖਣ, ਚਿਰ ਹੋ ਗਿਆ ਦਰਸ਼ਨ। ਚਿੱਠੀ ਖੋਲ੍ਹ ਕੇ ਪੜ੍ਹੀ ਗੁਰੂ ਕੀ ਸੰਗਤ, ਉਹ ਪ੍ਰਿਥੀ ਚੰਦ ਦੇ ਪੈਰਾਂ ਦੇ ਥੱਲੋਂ ਦੀ ਮਿੱਟੀ ਨਿਕਲਦੀ ਜਾਂਦੀ ਸੀ। ਇਸ ਮੂਰਖ ਨੇ ਇਹ ਵੀ ਚਿੱਠੀ ਆਪਣੀ ਜੇਬ 'ਚ ਪਾ ਲਈ। ਪਰ ਆ ਰੱਬੀ ਪਿਆਰ ਦੇ ਵਿੱਚ, ਰੱਬ ਦੇ ਪਿਆਰਿਆਂ ਅਤੇ ਰੱਬ ਦੇ ਭਗਤਾਂ ਦੇ ਪਿਆਰ ਵਿੱਚ ਕੋਈ ਦੁਬਾਰ ਬਣ ਸਕਦਾ? ਗੁਰੂ ਕੀ ਸੰਗਤ ਨਹੀਂ ਬਣ ਸਕਦਾ। ਕਬੀਰ ਜੀ ਨੇ ਰਮਾਇਣੀ ਗ੍ਰੰਥ ਵਿੱਚ ਇੱਕ ਸਲੋਕ ਲਿਖਿਆ ਹੈ, ਆਪ ਜੀ ਲਿਖਦੇ ਨੇ, ਪ੍ਰੇਮ ਛੁਪਾਇਆ ਨਾ ਛੁਪ। ਕਹਿੰਦੇ ਜੇ ਕਿਸੇ ਬੰਦੇ ਦੇ ਮਨ ਵਿੱਚ ਰੱਬੀ ਪਿਆਰ ਹੋਵੇ, ਉਹ ਕਦੇ ਛੁਪਾਇਆ ਨਹੀਂ ਛਿਪ ਸਕਦਾ। ਜੇ ਕੋਈ ਉਸ ਪਿਆਰ ਨੂੰ ਕੋਈ ਲੁਕਾਉਣਾ ਚਾਹੇ, ਹਾਲਾਂਕਿ ਗੱਲਾਂ ਜਿਹੜੀਆਂ ਨੇ ਉਹ ਬੋਲ ਕੇ ਦੱਸੀਆਂ ਜਾਂਦੀਆਂ ਨੇ, ਪਰ ਜਿੱਥੇ ਰੱਬੀ ਪਿਆਰ ਹੈ ਨਾ, ਕਬੀਰ ਜੀ ਪ੍ਰਮੋਦਰ ਬਿਰੇ ਬਿਅੰਗ ਮਨ ਬੱਸੇ, ਮੰਤ ਨਾ ਮਾਨੈ ਕੋਏ, ਮਾਫ਼ ਕਰਨਾ। ਇਹ ਤਾਂ ਦੱਸਦੇ ਨੇ ਗੁਰੂ ਕਿਸੇ ਨੂੰ, ਪ੍ਰੇਮ ਛੁਪਾਇਆ ਨਾ ਛੁਪੇ ਜਾਂ ਗੱਟ ਪ੍ਰਗਟ ਹੋਏ। ਕਹਿੰਦੇ ਗੱਟ ਕਹਿੰਦੇ ਨੇ ਹਿਰਦੇ ਨੂੰ,
ਕਹਿੰਦੇ ਜੇਕਰ ਕਿਸੇ ਹਿਰਦੇ ਦੇ ਵਿੱਚ ਪ੍ਰੇਮ ਹੋਵੇ, ਰਮਾਇਣੀ ਗ੍ਰੰਥ ਵਿੱਚ ਦੱਸਦੇ ਨੇ, ਕਹਿੰਦੇ ਨੇ ਇਸ ਤਰ੍ਹਾਂ ਪ੍ਰਗਟ ਹੋ ਜਾਂਦਾ ਜੋ ਕਿ ਮੁੱਖ ਪੈ ਬੋਲੇ ਨਾਹੀਂ। ਜੇ ਕਿਸੇ ਬੰਦੇ ਦੇ ਮਨ ਵਿੱਚ ਰੱਬੀ ਪ੍ਰੇਮ ਹੋਵੇ, ਜੋ ਜ਼ਬਾਨ ਤੋਂ ਬੋਲ ਕੇ ਆਪਣੇ ਪ੍ਰੇਮ ਦੀ ਗੱਲ ਨਾ ਵੀ ਕਰੇ, ਕਹਿੰਦੇ ਨੇ ਨੈਣ ਦੇਤ ਹੈ ਰੋਏ, ਅੱਖਾਂ ਰੋ ਕੇ ਦੱਸ ਦਿੰਦੀਆਂ ਹਨ। ਡਾਕੀਏ ਨੂੰ ਜਦੋਂ ਡਾਕੀਏ ਨੇ ਚਿੱਠੀ ਪ੍ਰਿਥੀ ਚੰਦ ਨੂੰ ਦੇਣੀ ਕੀਤੀ, ਇਸ ਮੂਰਖ ਨੇ ਇਹ ਵੀ ਚਿੱਠੀ ਪੜ੍ਹ ਕੇ ਗੁਰੂ ਕ੍ਰਿਸ਼ਨ ਦੀ ਜੇਬ ਦੇ ਵਿੱਚ ਪਾ ਲਈ, ਅੱਗੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰੂ ਸਾਹਿਬ ਦੇ ਦਰਬਾਰ 'ਚ ਨਹੀਂ ਪਹੁੰਚਾਈ। ਇੱਧਰ ਗੁਰੂ ਕ੍ਰਿਸ਼ਨ ਦੇ ਬਿਰੇ ਦੀ ਪੀੜਾ ਵੱਧਦੀ ਹੀ ਜਾ ਰਹੀ ਸੀ। ਬੜਾ ਸਮਾਂ ਗੁਜ਼ਰ ਗਿਆ, ਅੱਧੀ ਰਾਤ ਦਾ ਸਮਾਂ ਹੈ, ਨੀਂਦ ਨਹੀਂ ਆਉਂਦੀ, ਕਦੇ ਉੱਠਦੇ ਹਨ ਕਦੇ ਬਹਿੰਦੇ ਹਨ, ਪਰ ਬੜੇ ਵਿਰਾਗ ਵਿੱਚ ਆ ਕੇ ਅੱਖਾਂ ਦੇ ਵਿੱਚੋਂ ਮੋਤੀਆਂ ਵਰਗੇ ਹੰਝੂ ਬਹਿ ਰਹੇ ਨੇ। ਕਾਗਜ਼ ਫੜਿਆ, ਕਲਮ ਚੱਕੀ ਚੱਕੀ, ਇੱਕ ਘੜੀ ਨਾ ਮਿਲਦਾ ਜੀ, ਕਲ ਜੁਗ ਹੁੰਦਾ, ਕਲ ਜੁਗ ਹੁੰਦਾ, ਘੜੀ ਨਾ ਮਿਲਦਾ ਜੀ, ਕਲ ਜੁਗ ਹੁੰਦਾ ਤੇ ਕਲ ਜੁਗ ਹੁੰਦਾ, ਇੱਕ ਘੜੀ ਨਾ ਮਿਲਦਾ ਜੀ। ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ ਮੇਰਾ ਨਾ ਵਿਆਵੇ। ਪਿਤਾ ਜੀ, ਮੇਰੀ ਰਾਤ ਨਹੀਂ ਗੁਜ਼ਰਦੀ, ਰਾਤਾਂ ਬੜੀਆਂ ਲੰਬੀਆਂ ਹੋ ਗਈਆਂ, ਮੈਂ ਰਹਿਣ ਨਾ ਵਿਹਾਵੈ, ਨੀਂਦ ਨਾ ਆਵੇ, ਅੱਖਾਂ ਵਿੱਚ ਨੀਂਦ ਨਹੀਂ ਆਉਂਦੀ, ਮੈਨੂੰ ਦੇਖੇ ਗੁਰੂ ਦਰਬਾਰ ਜੀ ਨੂੰ ਰਹਿਣ ਨਾ ਵਿਆਵੇ ਜੀ, ਨੀਂਦ ਨਾ ਆਵੇ, ਨੀਂਦ ਨਾ ਆਵੇ, ਰਹਿਣ ਨੀਂਦ ਨਾ ਆਵੇ, ਨੀਂਦ ਨਾ ਆਵੇ। ਨੀਂਦ ਨਹੀਂ ਆਵੇ, ਨੀਂਦ ਨਹੀਂ ਆਵੇ, ਨੀਂਦ ਨਹੀਂ ਆਵੇ।
ਲਿਖ ਕੇ ਤਿੰਨ ਅੰਕ ਪਾ ਕੇ ਚਿੱਠੀ ਬੰਦ ਕਰ ਦਿੱਤੀ। ਦੂਜੇ ਦਿਨ ਡਾਕੀ ਨੂੰ ਸੱਦਿਆ ਅਤੇ ਨਾਲ ਇਹ ਵੀ ਗੱਲ ਕਹਿ ਦਿੱਤੀ, ਲੱਗਦਾ ਮੇਰੀਆਂ ਪਹਿਲੀਆਂ ਦੋ ਚਿੱਠੀਆਂ ਮੇਰੇ ਪਿਤਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਤੱਕ ਪਹੁੰਚੀਆਂ ਨਹੀਂ, ਇਹ ਦੱਸ। ਉਹ ਚਿੱਠੀਆਂ ਦੇ ਕੇ ਕਿਹਨੂੰ ਆਏ? ਡਾਕੀ ਨੇ ਦੋਵੇਂ ਜੁੜ ਕੇ ਬੇਨਤੀ ਕੀਤੀ, ਮੈਂ ਹਜ਼ੂਰ ਦੇ ਵੱਡੇ ਭਰਾ ਪ੍ਰਿਥੀ ਚੰਦ ਨੂੰ ਦੇਖ ਕੇ ਆਇਆ। ਅਸਾਂ ਆਖਿਆ ਹੋ ਮਾਫ ਕਰਨਾ, ਇਹਦੇ ਕਰ ਇਹ ਚਿੱਠੀ ਮੇਰੇ ਪਿਤਾ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਰੱਖਣੀ, ਨਮਸਕਾਰ ਕਰਨੀ, ਕੋਈ ਮੰਗੇ ਉਹਨੂੰ ਦੇਣੀ ਨਹੀਂ। ਖੈਰ ਗੁਰੂ ਕੀ ਸੰਗਤ ਵੀ ਕੋ ਲਾਹੌਰ ਪੈਂਦਾ ਸੀ, ਪਿੰਡਾਂ ਤੈਅ ਕਰਦੇ ਡਾਕੀਆ ਪੋਸਟਮੈਨ ਕਹੋ, ਡਾਕੀਆ ਗੁਰੂ ਕੀ ਸੰਗਤ ਲਾਹੌਰ ਤੋਂ ਚੱਲ ਕੇ ਅੱਗੇ ਗੁਰੂ ਕੇ ਦਰਬਾਰ ਲੱਗਣ। ਡਾਕੀਆ ਸਿੱਖ ਸਿੱਖ ਚਿੱਠੀ ਲੈ ਕੇ ਗੁਰੂ ਕੀ ਸੰਗਤ ਲਾਹੌਰ ਤੋਂ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਗੁਰੂ ਕੇ ਦਰਬਾਰ ਲੱਗੇ ਹਨ, ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਗੁਰੂ ਕੇ ਦਰਬਾਰ ਦੇ ਵਿੱਚ ਗੁਰੂ ਕੀ ਸੰਗਤ ਸਿੱਧਾ ਪੇਸ਼ ਹੋਇਆ। ਇੱਧਰ ਪ੍ਰਿਥੀਆ ਉਸ ਸਮੇਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਬੈਠਾ ਸੀ, ਇੱਕਦਮ ਉੱਠ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਇਸਦੀ ਅੱਖ ਸਾਸਨ ਚਿੱਠੀ 'ਤੇ ਸੀ। ਚਿੱਠੀਆਂ ਛਪਾਉਣੀਆਂ ਚਾਹੁੰਦਾ ਸੀ, ਭਲਾ ਸੂਰਜ ਦੇ ਅੱਗੇ ਕੋਈ ਚਾਦਰਾਂ ਤਣ ਕੇ ਐਸੇ ਅੰਧੇਰਾ ਕਰ ਸਕਦਾ ਹੈ? ਸੱਚ ਨੂੰ ਦਬਾਇਆ ਨਹੀਂ ਜਾ ਸਕਦਾ ਗੁਰੂ ਕੀ ਸੰਗਤ। ਜਦੋਂ ਪ੍ਰਿਥੀ ਚੰਦ ਉੱਠਣ ਲੱਗਾ, ਗੁਰੂ ਰਾਮਦਾਸ ਜੀ ਨੇ ਆਖਿਆ, ਬੈਠ ਜਾ, ਕੀ ਗੱਲ? ਖੈਰ ਗੁਰੂ ਕਿਸੇ ਨੂੰ ਡਾਕੀਏ ਸਿੱਖ ਨੇ ਅੱਗੇ ਵੱਧ ਕੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਚਿੱਠੀ ਰੱਖ ਕੇ ਬੇਨਤੀ ਕੀਤੀ, ਮਹਾਰਾਜ ਰਾਜਨ ਦੇ ਮਨ ਦੀ ਅਵਸਥਾ ਬੜੀ ਵੈਰਾਗ ਵਿੱਚ ਹੈ, ਮਾਫ ਕਰਨਾ, ਉਹਨਾਂ ਦਾ ਮਨ ਆਪ ਜੀ ਦੇ ਵਿਛੋੜੇ ਵਿੱਚ ਇਸ ਤਰ੍ਹਾਂ ਭਰ ਭਰ ਕੇ ਪੈਂਦਾ, ਫਿਸ ਫਿਸ ਕੇ ਪੈਂਦਾ ਮਹਾਰਾਜ, ਜਿਵੇਂ ਕੋਈ ਕਿਸੇ ਬਿਮਾਰੀ ਦਾ ਫੋੜਾ ਹੋਵੇ, ਕਦੇ ਭਰ ਜਾਂਦਾ, ਕਦੇ ਫੁੱਟ ਜਾਂਦਾ, ਪੜ ਜਾਂਦਾ, ਫੁੱਟ ਜਾਂਦਾ, ਇਹੋ ਜਿਹਾ ਮਨ ਦੀ ਅਵਸਥਾ ਹੈ। ਜਿਉਂਦਾ ਮਰ ਜਾਂਦਾ ਨੇ ਰਾਮ ਤੇ ਵਿਯੋਗੀ ਜਿਹੜੇ, ਜਿਉਂਦਾ ਮਰ ਜਾਂਦੇ ਨੇ ਰਾਮ ਤੇ ਵਿਯੋਗੀ ਜਿਹੜੇ, ਜਿਉਂਦਾ ਮਰ ਸੁਣੇ ਦੁੱਖ ਬਿਨ ਡਿੱਠੇ ਮਰਯੋਧ, ਬਾਜ ਪਿਆਰੇ ਆਪਣੇ ਬਿਰਹੀਨਾ ਤੇ ਰੋਧ। ਗੁਰੂ ਕਿਸ਼ਨ ਚਿੱਠੀ ਖੋਲ੍ਹੀ, ਹਜ਼ੂਰ ਨੇ ਪੜ੍ਹਿਆ ਉੱਤੇ ਤਿੰਨ ਅੰਕ ਵੇਖ ਕੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਡਾਕੀ ਸਿੱਖ ਨੂੰ ਲੱਗੇ, ਕਿ ਇਹ ਤਿੰਨ ਦਾ ਮਤਲਬ ਕੀ ਆ? ਭਾਵੇਂ ਗੁਰੂ ਅੰਤਰਯਾਮੀ ਹੈ, ਚੋਜੀ ਪ੍ਰੀਤਮ ਦੇ ਚੋਜ ਹਨ। ਡਾਕੀ ਨੇ ਕਹਿਣਾ ਕੀਤਾ, ਮਹਾਰਾਜ ਇਦੋਂ ਪਹਿਲਾਂ ਮੈਂ ਦੋ ਚਿੱਠੀਆਂ ਹੋਰ ਵੀ ਹਜ਼ੂਰ ਦੇ ਵੱਡੇ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ ਜੀ ਨੂੰ ਦੇ ਕੇ ਗਿਆ ਹੈ। ਉਸ ਮੌਕੇ ਗੁਰੂ ਰਾਮਦਾਸ ਜੀ ਮਹਾਰਾਜ ਲੱਗੇ ਕਹਿਣ, ਪ੍ਰਿਥੀ ਚੰਦ ਵੱਲ ਝਾਕਦੇ ਹੋਏ ਦੇਖ ਕੇ ਲੱਗੇ ਕਹਿਣ, ਪ੍ਰਿਥੀ ਚੰਦ ਉਹ ਚਿੱਠੀਆਂ ਕਿੱਥੇ ਹਨ? ਕਿੱਥੇ ਹਨ? ਨਹੀਂ ਕਹਿ, ਪਿਤਾ ਜੀ ਮੇਰੇ ਕੋਲ ਤਾਂ ਕੋਈ ਚਿੱਠੀ ਨਹੀਂ ਪਹੁੰਚੀ। ਝੂਠ ਬੋਲਣ ਲੱਗ ਗਿਆ, ਆਖਿਆ ਪਿਤਾ ਜੀ ਬੜੀਆਂ ਭੂੜੀਆਂ ਗੱਲਾਂ ਕਰਦੇ, ਉਦੋਂ ਕਾਗਜ਼ ਦੇ ਟੁਕੜੇ ਸਨ, ਹੋਰ ਕੀ ਹੈ? ਉਹ ਵਾਹਿਗੁਰੂ, ਉਹ ਕਾਗਜ਼ ਦੇ ਟੁਕੜੇ ਥੋੜ੍ਹੇ ਹੀ ਸਨ, ਉਹ ਤਾਂ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਹ ਕਾ ਡੇਰਾ ਭੰਨਾ,
ਗੁਰੂ ਕਿਸ਼ਨ ਕਲਯੁਗ ਦੀ ਮਾਫ਼ ਕਰਨ, ਉਹ ਤਾਂ ਤੁਰਕੀ ਬਾਣੀ ਸੀ ਜਿਸਨੇ ਕਲਯੁਗ ਦੇ ਜੀਵਨ ਦਾ ਉਧਾਰ ਕਰਨਾ ਸੀ। ਖੈਰ ਗੁਰੂ ਰਾਮਦਾਸ ਜੀ ਮਾਰੇ ਲੱਗੇ ਕਹਿੰਦੇ, ਬੇਟਾ ਤੂੰ, ਤੈਨੂੰ ਝੂਠ ਬੋਲਣ ਦੀ ਕੀ ਲੋੜ ਹੈ? ਉਹ ਪਹਿਲੀਆਂ ਦੋ ਚਿੱਠੀਆਂ ਲਿਆ ਕੇ ਇਹਨੇ ਆਖਿਆ, ਪਿਤਾ ਜੀ ਮੇਰੇ ਪਾਸ ਤਾਂ ਹੈ ਨਹੀਂ। ਉਸ ਮੌਕੇ ਗੁਰੂ ਸਾਹਿਬ ਨੇ 5 ਸਿੱਖ ਭੇਜੇ, ਲਾਹੌਰ ਨੂੰ ਜਾਓ, ਛੇਤੀ ਤੋਂ ਛੇਤੀ ਅਰਜਨ ਨੂੰ ਸਾਡੇ ਪਾਸ ਲੈ ਕੇ ਆਓ। 5 ਸਿੱਖ ਲਾਹੌਰ ਜਦੋਂ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ 'ਚ ਪੁੱਜੇ, ਮਹਾਰਾਜ ਜਦੇ ਹੀ ਉਸੇ ਵਕਤੀ ਤੁਹਾਨੂੰ ਸੋਵੇ ਲਾਜੀ ਦਰਸ਼ਨ ਕਰਨ, ਦਰਸ਼ਨ ਕਰਨ ਤੁਹਾਨੂੰ ਸੋਵੇ ਲਾਜੀ ਦਰਸ਼ਨ ਕਰਨ, ਦਰਸ਼ਨ ਕਰਨ ਸੁਵੇਲਾ ਦਰਸ਼ਨ ਕਰਨਾ। ਗੁਰੂ ਕਿਸ਼ਨ ਗੁਰੂ ਸਾਹਿਬ ਜਦੇ ਤਿਆਰ ਹੋਏ ਅੰਮ੍ਰਿਤਸਰ ਵੱਲ ਨੂੰ ਚਾਲੇ ਪਾਤੇ, ਵੀ ਕੋ ਲਾਹੌਰ ਤੋਂ ਹਰਿਮੰਦਰ ਸਾਹਿਬ ਸੀ। ਖੈਰ ਉਹਨਾਂ ਸਮਿਆਂ 'ਚ ਘੋੜੇ ਆਵਾਜਾਈ ਦੇ ਸਾਧਨ ਹੁੰਦੇ, ਪਲਾਂ ਦੇ ਵਿੱਚ ਗੁਰੂ ਕਿਸ਼ਨ ਹਰਿਮੰਦਰ ਸਾਹਿਬ ਪਹੁੰਚ ਗਏ। ਆ ਕੇ ਗੁਰੂ ਕੇ ਚਰਨਾਂ ਦੇ ਵਿੱਚ ਗੁਰੂ ਦਰਸ਼ਨ ਰਾਮਦਾਸ ਮਾਦਰ ਦੇ ਦਰਸ਼ਨ ਕੀਤੇ। ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਖੋ ਗਏ ਗੁਰੂ ਕਿਸ਼ਨ ਦਰਸ਼ਨ ਕਰਦੇ ਸਰ। ਹੁਣ ਨਾ ਵਿਛੋੜੀ ਵਾਹਿਗੁਰੂ ਜੀ ਅੱਗੇ ਨਮਸਕਾਰ ਕਰਦੇ ਬੇਨਤੀ ਕੀਤੀ, ਪਿਤਾ ਜੀ ਅੱਗੋਂ ਵਾਸਤੇ ਏਡਾ ਲੰਬਾ ਵਿਛੋੜਾ ਨਾ ਦੇਣਾ। ਦਰਸ਼ਨ ਪਿਆਤੀ ਆਖਿਆ, ਪਿਤਾ ਜੀ ਤੁਸੀਂ ਮੈਨੂੰ ਵਿਛੋੜ ਹੀ ਦਿੱਤਾ ਸੀ, ਮੈਨੂੰ ਭੁਲਾ ਹੀ ਦਿੱਤਾ ਸੀ। ਪਿਤਾ ਜੀ ਏਡਾ ਲੰਬਾ ਵਿਛੋੜਾ, ਏਡਾ ਵੱਡਾ ਵਿਛੋੜਾ ਹੁਣ ਨਾ ਦੇਣਾ। ਇਹ ਤਾਂ ਸਤਿਗੁਰੂ ਗੁਰੂ ਰਾਮਦਾਸ ਜੀ ਪ੍ਰਸਿੱਧ ਚੰਦ ਨੂੰ ਕਹਿ ਰਹੇ, ਬੇਟਾ ਐਸ ਚਿੱਠੀ ਦੇ ਨਾਲ ਦੀਆਂ ਪਹਿਲੀਆਂ ਦੋ ਚਿੱਠੀਆਂ ਇਹਨੇ ਆਖਿਆ, ਪਿਤਾ ਜੀ ਮੇਰੇ ਕੋਲ ਤਾਂ ਐ ਨੀ ਡਾਕੀ ਆ, ਸਿੱਖ ਝੂਠ ਬੋਲਦਾ। ਕੱਟ ਕੇ ਅੰਤਰ ਕੀ ਜਾਣਤ, ਪਲਕੁਰੇ ਕੀ ਤੀਰ ਪਛਾਣਤ। ਆਯੂਰ ਨੇ ਦੋ ਸਿੱਖ ਭੇਜੇ ਪ੍ਰਤੀ ਚੰਦ ਦੇ ਘਰੇ, ਆ
ਆਖਿਆ ਜਾਓ ਤੇ ਉਸਦੇ ਘਰ ਵਾਲੀ ਕਰਮਾਂ ਨੂੰ ਜਾ ਕੇ ਕਹੋ। ਅੱਜ ਕੱਲ੍ਹ ਤਾਂ ਹੈਂਗਰ ਆ ਗਏ, ਉਹਨਾਂ ਸਮੇਂ 'ਚ ਖੂੰਟੇ 'ਚ ਕਿੱਲੀਆਂ ਹੁੰਦੀਆਂ। ਇਹਦੇ ਘਰ ਦੇ ਅਮਕੇ ਅਮਕੇ ਕਮਰੇ ਦੇ ਵਿੱਚ ਕਿੱਲੀ ਵਗੈਰਾ ਦੇ ਨਾਲ ਇਹਦਾ ਕੋਟ ਵਗੈਰਾ ਟੰਗਿਆ ਹੋਇਆ, ਉਹ ਕੋਟ ਲੈ ਕੇ ਆਓ। ਜਦੋਂ ਕੋਟ ਮੰਗਵਾਇਆ ਗਿਆ, ਸਿੱਖ ਕੋਟ ਲੈ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਆਏ, ਮਾਫ ਕਰਨਾ ਹਜ਼ੂਰ ਨੇ। ਕੋਟ ਦੀ ਜੇਬ ਦੇ ਵਿੱਚ ਉਹ ਦੋ ਚਿੱਠੀਆਂ ਜੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਾਹੌਰ ਤੋਂ ਲੈ ਕੇ ਭੇਜੀਆਂ ਸਨ, ਉਹ ਜਦੋਂ ਦੋਵੇਂ ਚਿੱਠੀਆਂ ਕੱਢੀਆਂ ਗਈਆਂ ਤੇ ਆਖਿਆ ਬੇਟਾ ਪ੍ਰਤੀਤਨ ਝੂਠ ਬੋਲਣ ਦੀ ਕੀ ਲੋੜ ਸੀ। ਇਹਨੇ ਆਖਿਆ ਪਿਤਾ ਜੀ ਦੋ ਕਾਗਜ਼ ਦੇ ਟੁਕੜੇ ਜੀ ਮੈਂ ਰੱਖ ਹੀ ਲਈਏ, ਫਿਰ ਕੀ ਹੋ ਗਿਆ। ਹਜ਼ੂਰ ਲੱਗੇ ਕਹਿਣ ਚੰਗਾ ਬੇਟਾ ਅਰਜਨ, ਮਾਫ ਕਰਨਾ ਬੇਟਾ ਪ੍ਰਤੀਤ ਚੰਦ, ਜੋ ਇਹਨਾਂ ਤਿੰਨਾਂ ਚਿੱਠੀਆਂ ਦੇ ਨਾਲ ਦੀ ਚੌਥੀ ਚਿੱਠੀ ਲਿਖ ਦੇਵੇਗਾ ਗੁਰੂ ਨਾਨਕ ਦੀ ਗੁਰਤਾ ਗੁਰਗੱਦੀ ਦਾ ਵਾਰਿਸ, ਉਹ ਬਣੇਗਾ ਖਾਲਸਾ ਜੀ। ਹੁਣ ਪ੍ਰਤੀਤ ਚੰਦ ਲੱਗਾ ਕਹਿਣ ਜੀ ਮੈਂ ਤਾਂ 50 ਲਿਖਾ ਦੂੰਗਾ, ਇਹਦੇ ਵਰਗੀ 100 ਲਿਖਾ ਦੂੰਗਾ, ਅਰਜਨ ਨੇ ਕਿਹੜੀ ਆਪ ਲਿਖੀ ਹੈ। ਇਹਨਾਂ ਬੜੇ ਬੜੇ ਵਿਦਵਾਨ ਸੱਦੇ, ਬੜੇ ਬੜੇ ਕਵੀ ਸੱਜਣ ਸੱਦੇ, ਜਿਹੜਾ ਵੀ ਉਹਨਾਂ ਚਿੱਠੀਆਂ ਨੂੰ ਪੜ੍ਹਦਾ ਸੀ ਸੀਸ ਨਿਵਾ ਕੇ ਇੱਕੋ ਗੱਲ ਕਹਿੰਦਾ ਸੀ, ਪ੍ਰਤੀਤ ਚੰਦ ਇਹਦੇ ਨਾਲ ਦੀਆਂ ਚਿੱਠੀਆਂ ਲਿਖਣੀਆਂ ਸਾਡੇ ਵੱਸ ਦੀ ਗੱਲ ਨਹੀਂ। ਹੁਣ ਪ੍ਰਤੀਤ ਚੰਦ ਕਹਿੰਦਾ ਅਰਜਨ ਨੂੰ ਕਹਦੇ ਲਿਖਦੇ, ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਇਸ਼ਾਰਾ ਕੀਤਾ, ਗੁਰੂ ਅਰਜਨ ਦੇਵ ਨੇ ਇਸ਼ਾਰਾ ਕੀਤਾ। ਗੁਰੂ ਤਾਂ ਬਾਅਦ 'ਚ ਹੋਏ, ਪਹਿਲਾਂ ਨਾ ਅਰਜਨ ਸੀ, ਅਰਜਨ ਦੇਵ ਸੀ। ਆਖਿਆ ਬੇਟਾ ਇੰਝ ਕਰੋ, ਤੁਸੀਂ ਚੌਥੀ ਚਿੱਠੀ ਲਿਖੋ, ਫੜੀ ਕਲਮ ਤੇ ਚੱਕਿਆ ਕਾਗਜ਼ ਤੇ ਲਿਖਣਾ ਸ਼ੁਰੂ ਕੀਤਾ। ਭਗਵਾਨ ਵਾਲਾ ਜੀ ਦਰਸ਼ਨ ਹੋ ਗਏ ਜੀ, ਦਰਸ਼ਨ ਹੋ ਗਏ, ਭਗਵਾਨ ਵਾਲਾ ਜੀ ਦਰਸ਼ਨ ਹੋ ਗਏ, ਦਰਸ਼ਨ ਹੋ ਗਏ। ਭਾਗਵਾ ਗੁਰ ਸੰਤ ਮਨਾਇਆ, ਪ੍ਰਭ ਵਿਨਾਸ਼ੀ ਕਰਮੈ ਪਾਇਆ, ਸੇਵ ਕਰੀ ਪਲ ਚਸ ਨਾ ਮਿਛੜਾਂ। ਜਿਹਨੂੰ ਨਾਨਕ ਦਾਸ ਤੁਹਾਰੇ ਜੀ ਜੋ ਚਿੱਠੀ ਲਿਖੀ, ਚਿੱਠੀ ਕੀ ਸੀ? ਤਰਗਾਹੀ ਬਾਣੀ ਸੀ, ਰਬੀ ਬਾਣੀ ਸੀ। ਜਦੋਂ ਚੌਥੀ ਪੱਤਰਕ ਲਿਖ ਕੇ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਰੱਖੀ, ਹਜ਼ੂਰ ਸਤਿਗੁਰੂ ਗੁਰੂ ਰਾਮਦਾਸ ਜੀ ਮਰ ਸੰਗਤ ਨੂੰ ਸੰਬੋਧਨ ਕਰਕੇ ਇਹ ਬਚਨ ਕੀਤੇ, ਗੁਰੂ ਨਾਨਕ ਦੀ ਇਹ ਸੰਗਤ ਅੱਜ ਤੋਂ ਗੁਰੂ ਨਾਨਕ ਦੀ ਗੁਰਤਾ ਗੁਰਗੱਦੀ ਦੇ ਵਾਰਿਸ ਅਰਜਨ ਜੀ ਹੋਣਗੇ ਖਾਲਸਾ ਜੀ। ਉੱਥੇ ਪ੍ਰਿਥੀ ਚੰਦ ਤੜਫੇ ਤੋੜਦਾ ਹੈ, ਪਿਤਾ ਜੀ ਇਸ ਗੁਰੂ ਨਾਨਕ ਦੀ ਗੁਰਤਾ ਗੁਰਗੱਦੀ 'ਤੇ ਮੇਰਾ ਹੱਕ ਬਣਦਾ ਸੀ, ਮੈਂ ਹਜ਼ੂਰ ਦਾ ਵੱਡਾ ਸਾਹਿਬਜ਼ਾਦਾ ਸਾਂ। ਜਦੋਂ ਲੜਦਾ ਉਸ ਮੌਕੇ ਗੁਰੂ ਰਾਮਦਾਸ ਜੀ ਕਹਿੰਦੇ, ਬੇਟਾ ਇਹ ਦਾਤਾਂ ਸੇਵਾ ਦੀਆਂ ਹਨ, ਸੇਵਾ ਕਰਕੇ ਮਿਲਦੀਆਂ ਹਨ, ਪੂਤ ਕਾਹੇ ਝਗੜਤ ਸੰਗ ਬਾਪ। ਬੇਟਾ ਆਪਣੇ ਪਿਤਾ ਨਾਲ ਲੜਨਾ, ਬਜ਼ੁਰਗਾਂ ਨਾਲ ਲੜਨਾ ਇਹ ਚੰਗੀ ਗੱਲ ਨਹੀਂ ਹੈ, ਮਾਫ ਕਰਨਾ। ਉਸ ਮੌਕੇ ਪ੍ਰਿਥੀ ਚੰਦ ਅੱਗ ਬਬੂਲਾ ਹੋਇਆ, ਸੜ ਬੁਲ ਕੇ ਗੁਰੂ ਕੀ ਸੰਗਤ ਘਰ ਨੂੰ ਚਲਾ ਗਿਆ। ਛੋਟੇ ਹੁੰਦੇ ਪੜ੍ਹਦੇ ਹੁੰਦੇ ਸਾਂ, ਜਦ ਗੁਰੂ ਨਾਨਕ ਦੇ ਤਖ਼ਤ 'ਤੇ ਗੁਰੂ ਪੰਜਵਾਂ ਬੈਠਾ ਆਣ, ਉਹਦੇ ਚਰਨਾਂ ਦੇ ਵਿੱਚ ਢਹਿ ਪਿਆ ਧਰਤੀ 'ਤੇ ਅਸਮਾਨ। ਉਹਨਾਂ ਬੱਧੀ ਬੀੜ ਗ੍ਰੰਥ ਦੇ ਤੁਰਕੀ ਬਾਣੀ ਦਾ ਜਹਾਜ਼ ਬਣਾਇਆ ਤਾਂ ਦੁਨੀਆ ਦੇ ਤਾਰ ਨੇ, ਬਾਣੀ ਦਾ ਜਹਾਜ਼ ਬਣਾਇਆ
ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗਦਾ ਸੰਗਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ। ਅੱਜ ਪਦਾਰਥਾਂ ਦੇ ਘਰ ਵਿੱਚ ਢੇਰ ਲੱਗ ਰਹੇ ਨੇ, ਕਿਤੇ ਕੱਪੜਿਆਂ ਦੇ, ਕਿਤੇ ਦੁਸ਼ਾਲਿਆਂ ਦੇ, ਕਿਤੇ ਲੋਕ ਆਪਣੇ ਮਨ ਦੀਆਂ ਸ਼ੁਭ ਕਾਮਨਾ ਪੂਰੀਆਂ ਕਰਨ ਵਾਸਤੇ ਚੰਗੀਆਂ ਤੋਂ ਚੰਗੀਆਂ ਵਸਤੂਆਂ ਲੈ ਕੇ ਆਉਂਦੇ ਹਨ। ਪਹਿਲਾ ਕੰਮ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਤਾ ਗੁਰਗੱਦੀ ਬੈਠਣ ਤੋਂ ਬਾਅਦ ਕਰਨਾ, ਲਿਖਦੇ ਨਾ ਜੇ ਕਰ ਗੁਰੂ ਅਰਜਨ, ਲਿਖਦੇ ਨਾ ਜੇ ਕਰ ਗੁਰੂ ਅਰਜਨ, ਬਾਣੀ ਨੂੰ ਕਿਸਣੇ ਪੜਨਾ ਸੀ, ਸਿਰ ਤਲੀ ਤੰਗੇ ਟਿਕਾਉਣੇ ਸੀ, ਇਹ ਕੰਮ ਵਿੱਚ ਕਿਸਣੇ ਕਰਨਾ ਸੀ। ਕਹਿੰਦੇ ਨੇ ਇੱਕ ਪਾਸੇ ਹਜ਼ੂਰ ਦੇ ਘਰੇ ਪਦਾਰਥਾਂ ਦੇ ਢੇਰ ਤੇ ਦੂਜੇ ਪਾਸੇ ਹਜ਼ੂਰ ਦੀ ਵੱਡੀ ਭਰਜਾਈ ਕਰਮ ਕੋਠੇ ਦੀ ਛੱਤ ਚੜ ਕੇ ਕੀ ਵੇਖਦੀ ਆ। ਉਹ ਅੱਜ ਅਰਜੁਨ ਦੇ ਘਰੇ ਇਹਨੀਆਂ ਇਹਨੇ ਪਦਾਰਥ ਸੰਗਤਾਂ ਭੇਟਾ ਕਰ ਕਰਕੇ ਨਮਸਕਾਰ ਕਰ ਰਹੀਆਂ ਨੇ। ਕੋਠੇ ਦੀ ਛੱਤ ਉੱਤਲੇ ਉਤਰ ਕੇ ਟੁੱਟੀ ਦੀ ਚਾਰ ਪਾਈ ਲੈ ਕੇ ਲੇਟ ਜਾਂਦੀ ਹੈ। ਜਦੋਂ ਪ੍ਰਿਥੀ ਆਇਆ ਸੜਿਆ ਬਲਿਆ, ਪ੍ਰਿਥੀ ਚੰਦ ਨੇ ਪੁੱਛਣਾ ਕੀਤਾ ਕਰਮ, ਪਹਿਲਾਂ ਤਾਂ ਬੋਲੀ ਨਹੀਂ, ਫਿਰ ਪੁੱਛਿਆ ਕਰਮ ਕੀ ਗੱਲ। ਕਦੀ ਛੋਟੇ ਹੁੰਦੇ ਪੜ੍ਹਦੇ ਹੁੰਦੇ ਅੱਗੋਂ ਕਰਮ ਉਖੜੇ ਘੁਆੜੇ ਵਾਂਗੂ ਬੋਲੀ, ਕਹਿੰਦੇ ਕਿ ਸੇਵਾ ਆਪਣੇ ਬਾਪ ਦੀ ਤੁਸਾਂ ਨਹੀਂ ਕਮਾਈ, ਉਹ ਰਾਜ ਗੱਦੀ ਨੂੰ ਲੈ ਗਿਆ ਤੇਰਾ ਛੋਟਾ ਭਾਈ, ਮੋਹਰਾਂ ਦੇਵੇ ਖਾ ਮਰਾਂ, ਤੈਨੂੰ ਸ਼ਰਮ ਨਾ ਆਈ। ਕਰਕੇ ਕੋਈ ਵੇਖ ਲਾ ਸਰਨ ਲੱਗਦਾ ਮੇਵਾ, ਕਰਕੇ ਕੋਈ ਵੇਖ ਲਾ ਸਰਨ ਲੱਗਦਾ ਮੇਵਾ, ਕਰਕੇ ਕੋਈ ਵੇਖ ਲਾ। ਕਰਮ ਨੇ ਆਖਿਆ ਤੁਸੀਂ ਆਪਣੇ ਪਿਤਾ ਦੀ ਸੇਵਾ ਨਹੀਂ ਕੀਤੀ, ਜੇ ਆਪਣੇ ਪਿਤਾ ਦੀ ਸੇਵਾ ਕੀਤੀ ਹੁੰਦੀ ਅੱਜ ਤੁਹਾਡੇ ਪਿਤਾ ਦੀ ਗੁਰੂ ਰਾਮਦਾਸ ਜੀ ਦੀ ਗੁਰਤਾ ਗੁਰਗੱਦੀ ਤੁਹਾਨੂੰ ਪ੍ਰਾਪਤ ਹੁੰਦੀ। ਆ ਜੋ ਧੰਨ ਮਾਨ ਅੱਜ ਸਾਡੇ ਘਰ ਆਉਣਾ ਸੀ, ਸਾਰੇ ਪਦਾਰਥ ਸਾਡੇ ਘਰੇ ਆਉਣੇ ਸੀ, ਉਸ ਮੌਕੇ ਪ੍ਰਿਥੀ ਚੰਦ ਆਪਣੇ ਘਰ ਵਾਲੀ ਕਰਮ ਨੂੰ ਝੂਠੇ ਦਿਲਾਸੇ ਦਿੰਦੇ ਹੋਏ ਕਹਿ ਰਿਹਾ ਇਹਨਾਂ ਦੇ ਕਿਹੜੀ ਇਲਾਜ ਹੈ। ਉਸ ਜ਼ਮਾਨੇ 'ਚ ਜਿਹਦੇ ਇਲਾਜ ਨਹੀਂ ਸੀ ਨਾ ਆਉਂਦੀ, ਉਹਦੀ ਜਾਇਦਾਦ ਉਸਦਾ ਧੰਨ ਮਾਨ ਉਸਦੇ ਸ਼ਰੀਕਾਂ ਨੂੰ ਦਿੱਤਾ ਜਾਂਦਾ ਸੀ। ਉਹ ਕਹਿ ਰਿਹਾ ਅਗਲੀ ਵਿਚਾਰੇ ਤੋਂ ਸ਼ੁਰੂ ਕੀਤੀ ਜਾਵੇਗੀ। ਨਿਖੋਦ ਚਲੇ ਜਾਣਾ ਤਨ ਮਾਲ ਤੇਰਾ ਮੂਰ ਕੇ ਨਹੀਂ
ਸਤਿ ਟੁੱਟੇ ਪਤਾਰ ਪੁੱਤੀ ਗੰਢ ਪਵੇ ਸੰਸਾਰ ਇਹਨਾਂ ਦੀ ਕਿਹੜੀ ਕੋਈ ਔਲਾਦ ਹੈ ਦੁਨੀਆਂ ਵਿੱਚ ਸੀਰ ਨਾ ਪੁੱਤਰਾਂ ਦੇ ਭਾਜ ਪਿਆਰੇ ਕੋਈ ਸੀਰ ਮਿਹਰਬਾਨ ਵਾਸਤੇ ਕਰ ਰਹੇ ਹਨ। ਪ੍ਰਿਥੀ ਚੰਦ ਦੇ ਪੁੱਤਰ ਦਾ ਨਾਂ ਮਿਹਰਬਾਨ ਸੀ। ਜਦੋਂ ਇਹੋ ਜਿਹੇ ਦਿਲਾਸੇ ਦੇ ਰਿਹਾ ਸੀ, ਕਰਮ ਬੜੀ ਖੁਸ਼ ਹੋ ਰਹੀ ਸੀ। ਇਹ ਗੱਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਰਧਾਲੂਆਂ ਦੇ ਕਿਸੇ ਪਰਿਵਾਰ ਦੇ ਵਿੱਚੋਂ ਇੱਕ ਮਾਈ ਦੇ ਕੰਨਾਂ ਵਿੱਚ ਗੱਲ ਪਈ। ਉਹਨੇ ਜਾ ਕੇ ਮਾਤਾ ਗੰਗਾ ਜੀ ਨੂੰ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ, ਮਾਤਾ ਜੀ ਇਹ ਗੱਲਾਂ ਅੱਜ ਮੈਂ ਸਾਰੀਆਂ ਸੁਣ ਕੇ ਆਈ ਹਾਂ। ਤੇਰੀ ਜਠਾਣੀ ਨੂੰ ਤੇਰਾ ਜੇਠ ਕਹਿਣ ਤੋਂ ਭਾਵ ਪ੍ਰਿਥੀ ਚੰਦ ਇਹ ਗੱਲ ਕਹਿ ਰਿਹਾ ਸੀ, ਇਹਨਾਂ ਦੇ ਕਿਹੜੀ ਔਲਾਦ ਹੈ, ਇਹਨਾਂ ਨੇ ਦੁਨੀਆਂ ਤੋਂ ਔਤ ਨਿਖਾ ਤੇ ਚਲੇ ਜਾਣਾ ਹੈ। ਮਾਫ਼ ਕਰਨਾ, ਇਹ ਜੋ ਵੀ ਧਨ ਦੌਲਤਾਂ ਇਕੱਠੀਆਂ ਕਰ ਰਹੇ ਸਭ ਕੁਛ ਸਾਡੇ ਵਾਸਤੇ। ਉਸ ਮੌਕੇ ਮਾਤਾ ਗੰਗਾ ਜੀ ਨੂੰ ਇਸ ਸਤਿਗੁਰੂ ਪਾਤਸ਼ਾਹ ਜੀ ਦੇ ਸ਼ਰਧਾਲੂਆਂ ਦੇ ਵਿੱਚੋਂ ਜੋ ਮਾਈ ਸੀ ਇਹਨੇ ਇਹ ਗੱਲ ਕਹੀ ਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਕੇ ਆਪ ਵੀ ਪੁੱਤਰ ਦੀ ਦਾਤ ਮੰਗੋ। ਇੱਥੋਂ ਮਾਤਾ ਗੰਗਾ ਜੀ ਦਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਨ, ਅਗਲੀ ਵਿਚਾਰ ਇੱਥੋਂ ਸ਼ੁਰੂ ਕੀਤੀ ਜਾਏਗੀ। ਪੀਰ ਬੈਠਾ ਗੁਰ ਭਾਰੀ ਛਟਮ ਪੀਰ ਬੈਠਾ ਗੁਰ ਭਾਰੀ ਬੈਠਾ ਗੁਰ ਭਾਰੀ ਛਟਮ ਪੀਰ ਬੈਠਾ ਗੁਰ ਭਾਰੀ ਵਿਚਾਰ ਇੱਥੋਂ ਸ਼ੁਰੂ ਕੀਤੀ ਜਾਏਗੀ। ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਜੀ ਤਨ ਹੈ ਤਨ ਹੈ ਤਨ ਤਨ ਹੈ ਗੁਰੂ ਨਾਨਕ ਸਾਹਿਬ ਜੀ ਤਨ ਹੈ ਤੇ ਬਹਾਦਰ ਤੰਹਾ
Hey.
ਸ਼ਬਦ ਪ੍ਰਵਾਨ ਕਰੋ, ਕੱਲ ਨੂੰ ਫਿਰ ਆਪ ਜੀ ਦੇ ਦਰਸ਼ਨ ਕਰਾਂਗੇ। ਗਲਾ ਭਾਵੇਂ ਦੱਸਦਾ ਕੋਈ ਠੀਕ ਨਹੀਂ ਸੀ, ਜ਼ਿੰਦਗੀ ਆਹੀ ਜਿਹੜੀ ਗੁਰੂ ਦੇ ਲੇਖੇ ਲੱਗ ਜੇ, ਤੁਸੀਂ ਤਾਂ ਇੱਥੋਂ ਉੱਠ ਕੇ ਘਰਾਂ ਨੂੰ ਚਲੇ ਜਾਣਾ ਕਿੰਨਾ ਕੁ, ਵੱਧ ਤੋਂ ਵੱਧ 5-10 ਕਿਲੋਮੀਟਰ ਦੀ ਦੂਰੀ ਪੈਂਦੀ ਹੈ। ਕਿੱਥੇ ਸਵੇਰੇ ਪੇਵਾ ਪੇਵੇ ਚੱਲ ਕੇ ਜਲੰਧਰ, ਜਲੰਧਰ ਤੋਂ ਹੁਣ ਤੁਹਾਡੇ ਦਰਸ਼ਨ ਕੀਤੇ ਨੇ, ਇੱਥੋਂ ਹੁਣ ਰੋਪੜ ਜਾਣਾ। ਲਾਲੋ ਜ਼ਿੰਦਗੀ ਭਾਗਾਂ ਵਾਲਿਓ, ਸਮਾਂ ਇਹੀ ਹੈ, ਸਮਾਂ ਨਿਕਲ ਗਿਆ ਨਾ, ਸੁੱਤਿਆਂ ਦੀ ਕੀਮਤ ਨਹੀਂ ਪੈਣੀ, ਸੁੱਤਿਆਂ ਦੀ ਕੀਮਤ ਨਹੀਂ ਪੈਣੀ, ਕੀਮਤ ਉਸ ਸਮੇਂ ਦੀ ਪੈਣੀ ਜਿਹੜਾ ਸਮਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਲੱਗਦਾ। ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸਮਾਂ ਬਿਨਾਂ ਭਾਗਾਂ ਤੋਂ ਨਹੀਂ ਲੱਗ ਸਕਿਆ ਕਰਦਾ। ਸਿੱਖੀ ਰਹੀ ਗਰੀਬਾਂ ਦੇ ਘਰੇ, ਸਿੱਖੀ ਜੰਮੀ ਗਰੀਬਾਂ ਦੇ ਭਲੇ ਘਰੇ, ਸਿੱਖੀ ਰਹੀ ਗਰੀਬਾਂ 'ਚ, ਸਿੱਖੀ ਵਧੀ ਗਰੀਬਾਂ 'ਚ। ਹੁਣ ਗੁਰੂ ਕੀ ਸੰਗਤ ਇੱਥੇ ਝਾਤੀ ਮਾਰ ਕੇ ਵੇਖ ਲਓ, ਕਿੰਨੇ ਕੁ ਅਮੀਰ ਨੇ ਜਿਹੜੇ ਇੱਥੇ ਬੈਠੇ ਨੇ। ਉਹ ਬੰਦਾ ਸਾਸ ਸਿੱਖੀ ਸੁੱਖਾਂ ਦਾ ਨਾਂ ਸਿੱਖੀ ਥੋੜ੍ਹੀ ਹੈ, ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾ। ਇਹਨਾਂ ਦਿਨਾਂ ਵਿੱਚ ਸਾਨੂੰ ਵੀ 18-18, 20-20 ਘੰਟੇ, 22-22 ਘੰਟੇ ਖੇਤਾਂ 'ਚ ਕੰਮ ਕਰਨਾ ਪਿਆ। ਤੁਸੀਂ ਤਾਂ ਖੇਤਾਂ 'ਚ ਅਜੇ ਪਾਣੀ ਵੀ ਨਹੀਂ ਪਾਏ ਹੋਣਗੇ, ਬਹੁਤਿਆਂ ਨੇ ਤਾਂ ਮੇਰੇ ਖਿਆਲ ਕੰਮ ਵੀ ਨਹੀਂ ਸ਼ੁਰੂ ਕੀਤਾ ਹੋਣਾ। ਅਸੀਂ ਕੱਲ੍ਹ ਨੂੰ ਮੇਰੇ ਖਿਆਲ ਪਰਸੋਂ ਚੌਥੇ ਸ਼ਾਇਦ ਅਮਰੀਕਾ ਨੂੰ ਜਾਣਾ, ਅਮਰੀਕਾ ਜਾਣ ਤੋਂ ਪਹਿਲਾਂ 22-23 ਬਿੱਘਾ ਪੰਜਾਬ ਦਾ ਬਣਦਾ ਸੱਸ ਉਤਾਰਨ ਦਾ ਲਾ ਕੇ ਫਿਰ ਗੁਰੂ ਕੀ ਸਿੰਘ। ਐਵੇਂ ਲੋਕ ਸਵਾਰੀ ਗੱਡੀਆਂ ਵੇਖ ਕੇ ਕਹਿੰਦੇ ਨੇ ਕਿ ਆਹ ਸੰਤ ਗੱਡੀਆਂ 'ਤੇ ਚੜ੍ਹੇ ਫਿਰਦੇ ਨੇ। ਜੇ ਕਿਸੇ ਸੰਤ ਨੂੰ ਵੇਖਣਾ ਨਾ ਕਿਸੇ ਸਮੇਂ, ਜਦੋਂ ਸੰਤ ਦੇ ਹੱਥ 'ਚ ਹੋਵੇ ਕਹੀ ਅਤੇ ਦਿਨ ਦਾ 1 ਵਜਾ ਹੋਵੇ ਅਤੇ ਕੜਕਦੀ ਪੈਂਦੀ ਹੋਵੇ ਧੁੱਪ, ਫਿਰ ਪਤਾ ਲੱਗਦਾ ਵੀ ਸਾਧਗਰੀ ਕੀ ਕਰਨਾ। ਖਾਲਸਾ ਜੀ, ਜੇ ਗੁਰੂ ਨਾਨਕ ਕੀ ਚੀਜ਼ ਆ, ਗੁਰੂ ਨਾਨਕ ਦੇ ਹਲਵਾ ਸੰਗਤ ਅੱਜ ਦੇ ਸੰਤ ਲਈ ਡਾਕਟਰ ਬਣਾ ਕੀ ਔਖਾ। ਖਾਲਸਾ ਜੀ, ਕਹਿਰ ਗੁਰੂ ਕੀ ਸੰਗਤ ਭਾਗਾਂ ਵਾਲੇ ਆ। ਜਿਹੜੇ ਕਹਿੰਦੇ ਸਾਡੇ ਕੰਮ ਕੌਣ, ਕੰਮ ਬੱਲੇ ਬੱਲੇ ਬੱਲੇ, ਕੰਮ ਤਾਂ ਰੱਬ ਕਰੂਗਾ ਤੁਹਾਡੇ, ਤੁਹਾਡੇ ਕੰਮ ਗੁਰੂ ਨਾਨਕ ਕਰੂਗਾ ਜੇ ਤੁਸੀਂ ਨਾਮ ਜਪੋਗੇ, ਜੇ ਬਾਣੀ ਪੜੋਗੇ, ਸਿਮਰਨ ਕਰੋਗੇ। ਵੱਧ ਤੋਂ ਵੱਧ ਸਮਾਂ ਰਾਹ ਸੁੱਤਿਆਂ ਨਿਕਲੇ, ਜਿਹੜੀ ਹੋਰ ਹੈ ਕੀ। ਕਈ ਵਾਰ ਲੇਟ ਹੋ ਗਏ ਸੀ, ਲੇਟ ਹੋ ਜਾਂਦਾ, ਉਹ ਲੇਟ ਹੋ ਜਾਈਦਾ ਰੋਜ਼, ਪਰ ਆ ਸਮਾਂ ਖਿਆਲ ਸੀ ਕਿ ਘੰਟਾ ਕੀ ਲਾਉਣਾ, ਪਰ ਸਾਹਿਬ ਜਦ ਗੁਰੂ ਦੀ ਕਿਰਪਾ ਨਾਲ ਕੀਰਤਨ ਸ਼ੁਰੂ ਹੁੰਦਾ, ਸਮਾਂ ਲੱਗ ਗਿਆ। ਲੱਗ ਗਿਆ ਕਿ ਜਿਹਦਾ ਸਮਾਂ ਲੱਗ ਗਿਆ ਗੁਰੂ ਚਰਨਾਂ 'ਚ, ਉਹਦਾ ਦਰਗਾਹ ਦੇ ਵਿੱਚ ਡੰਕਾ ਵੱਜ ਗਿਆ। ਖਾਲਸਾ ਜੀ, ਚੱਲਿਆ ਪਸ ਜਨਮ ਸਵਾਰ ਵਾਜਾ ਵਾਇਸੀ, ਇਹਨੇ ਸ਼ਬਦ ਪ੍ਰਵਾਨ ਕਰੋ, ਕੱਲ੍ਹ ਨੂੰ ਹੋਰ ਹੋ ਮਹਾਂ ਕੇ ਆਓ। ਸਤਸੰਗ ਜੀ, ਕੱਲ੍ਹ ਨੂੰ ਵੀ ਸਮਾਂ ਜ਼ਿਆਦਾ ਲੱਗ ਸਕਦਾ, ਪਰਸੋਂ ਵੀ ਲੱਗ ਸਕਦਾ, ਕਿਉਂਕਿ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਜੀਵਨ ਸਮੁੰਦਰ ਦੀ ਤਰ੍ਹਾਂ, ਵੈਸੇ ਤਾਂ 10 ਪਾਤਸ਼ਾਹੀਆਂ ਦੇ ਜੀਵਨ ਸਮੁੰਦਰ ਦੀ ਤਰ੍ਹਾਂ ਨੇ, ਗੁਰੂ ਕੀ ਸੰਗਤ 5ਵੇਂ ਪਾਤਸ਼ਾਹ ਦੀ ਕੁਰਬਾਨੀ ਨੇ। ਗੁਰੂ ਕੀ ਸੰਗਤ ਜਿੱਥੇ 5ਵੇਂ ਪਾਤਸ਼ਾਹ 33 ਤਵੀ, ਜੇ ਤੱਤੀਆਂ ਤਵੀਆਂ 'ਤੇ ਨਾ ਬਹਿੰਦੇ, ਦੇਗਾਂ 'ਚ ਨਾ ਬਹਿੰਦੇ, ਭਾਈ ਦਿਆਲਦਾਸ ਵਰਗੇ ਦੇਗਾਂ 'ਚ ਕਿਵੇਂ ਬਹਿੰਦੇ। ਜਿੱਥੇ ਦੇਗ ਨੂੰ ਜਨਮ ਦਿੱਤਾ ਨਾ, ਉੱਬਲ ਦੀ ਦੇਗ ਨੂੰ, ਅਤੇ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ 5ਵੇਂ ਪਾਤਸ਼ਾਹ ਦੀ ਕੁਰਬਾਨੀ 33 ਤਵੀਆਂ 'ਤੇ, ਕਿਤੇ ਦੇਗਾਂ 'ਚ ਵਾਲੇ ਖਾਤੇ, ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਤੇਗ ਨੂੰ ਤਲਵਾਰ ਨੂੰ ਜਨਮ ਦਿੱਤਾ। ਖਾਲਸਾ ਜੀ, ਖੈਰ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ। ਇੰਨੇ ਸ਼ਬਦ ਪ੍ਰਵਾਨ ਹੁਣ ਅਰਦਾਸ ਹੋਵੇਗੀ, ਅਸੀਂ ਸੰਗਤ ਪਾਸੋਂ ਅਤੇ ਗੁਰੂ ਸਾਹਿਬ ਪਾਸੋਂ ਆਗਿਆ ਲੈ ਕੇ ਚਲੇ ਜਾਵਾਂਗੇ, ਹੁਕਮਨਾਮਾ ਸੁਣਨ ਤੋਂ ਬਾਅਦ, ਕਿਉਂਕਿ ਅੱਗੇ ਦਾ ਪ੍ਰੋਗਰਾਮ ਰੋਪੜ ਦਿੱਤਾ ਹੋਇਆ। ਕੱਲ੍ਹ ਫਿਰ ਆਪ ਜੀ ਦੇ ਦਰਸ਼ਨ ਕਰਨੇ ਹਨ, ਸਮਾਂ ਇੰਨਾ ਕੋਈ ਹੈ ਨਹੀਂ। ਵੈਸੇ ਤਾਂ ਕਿਸੇ ਸੰਤ ਦਾ ਕੋਈ ਆਦਰ ਨਾ ਕਰੇ, ਚਾਹ ਪਾਣੀ ਨਾ ਪੁੱਛੇ ਤਾਂ ਨਾਰਾਜ਼ ਹੋ ਜਾਂਦਾ, ਪਰ ਸਾਨੂੰ ਨਾ ਪੁੱਛਿਆ ਕਰੋ, ਅਸੀਂ ਤੁਹਾਡੇ ਖੁਸ਼ ਹੋ ਜਾਵਾਂਗੇ। ਹੁਣ ਤੂੰ ਠਾਕਰ